ਫੋਟੋ ਜਿਹੜੀ ਹੋ ਰਹੀ ਹੈ ਬਹੁਤ ਵੱਡਾ ਸਤਿਕਾਰ ਸ੍ਰੀ ਸੋਹਣ ਲਾਲ ਜੀ ਸਾਬਕਾ ਸਰਪੰਚ ਸਾਹਿਬ ਜਿਹਨਾਂ ਦੇ ਪਰਿਵਾਰ ਵੱਲੋਂ ਕਦੇ ਬਹੁਤ ਵੱਡਾ ਸਹਿਯੋਗ ਦੇ ਗਏ 1,20,000 ਦੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ। ਸਾਰੇ ਨਗਰ ਦੀਆਂ ਸ਼ਖਸੀਅਤਾਂ ਨੇ ਸਾਡੇ ਪ੍ਰਬੰਧਕ ਨੇ ਜਿਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਦਿੱਤਾ ਗਿਆ ਤੇ ਨਾਲੇ ਜਿਹੜੀ ਇੱਕ ਵੱਡੀ ਸ਼ੀਲਡ ਸਾਡੇ ਪ੍ਰਬੰਧਕਾਂ ਵੱਲੋਂ ਜਿਹੜੀ ਦਿੱਤੀ ਗਈ ਹੈ ਬਹੁਤ ਵੱਡਾ ਧੰਨਵਾਦ ਹੈ। ਚਲੋ ਚਲੋ ਸਰਪੰਚ ਸਾਹਿਬ ਪੈਸਾ ਵੀ ਦਿੱਤਾ ਆ। ਸੋ ਦਰਸ਼ਨ ਚਾਚਾ ਜੀ ਸਾਡੇ ਸਿਹਤ ਠੀਕ ਨਹੀਂ ਆ ਨੇ, ਉਹਨਾਂ ਨੂੰ ਮੇਨ ਜ਼ਰੂਰ ਲਿਆਉਣਾ ਸੀ। ਬਹੁਤ ਸਾਡਾ ਮੋਤਬਾਰ ਪਰਿਵਾਰ ਆ, ਰੂਹ ਵਾਲਾ ਪਰਿਵਾਰ ਆ, ਇੰਗਲੈਂਡ ਕੈਨੇਡਾ ਦੇ ਵਿੱਚ ਸਾਰਾ ਪਰਿਵਾਰ ਬੈਠਾ। ਸੋ ਅੱਜ ਵੀ ਲਵੇ ਆ ਕੁਸ਼ਤੀ ਹੁਣ ਜਾ ਰਹੀ ਆ। ਹਾਂਜੀ, ਬਹੁਤ ਤਾਪ ਦੀ ਕੁਸ਼ਤੀ, ਇੱਕ ਪਾਸੇ ਢੋਲਾ ਪਹਿਲਵਾਨ ਜੀ ਅਤਕੜਾ ਕਰੇ ਲਾਲ ਰੰਗ ਦੀ ਕੈਂਚ ਤੇ ਨਾਲ ਕਮਲਜੀਤ ਪਹਿਲਵਾਨ ਜੀ ਡੂਮਛੜੀ, ਮਹਿੰਦਰ ਗਾਇਕਵਾਦ ਤੇ ਗੌਰਵ ਮਾਛੀ ਵਾਲਾ। 5-4 ਮਿੰਟ ਦੇ ਪਿੱਛੇ ਪਹੁੰਚੋ ਮੇਰੇ ਵੀਰ। ਕਮਲਜੀਤ ਕਿੱਧਰ? ਮਹਿੰਦਰ ਸਿੰਘ ਗਾਇਕਵਾਦ ਆ ਜਾਓ ਮੇਰੇ ਵੀਰ, ਆ ਜਾਓ ਬਈ। ਗੌਰਵ ਮਾਛੀ ਵਾਲਾ, ਗੌਰਵ ਮਾਛੀਵਾੜਾ ਤੇ ਮਹਿੰਦਰ ਗਾਇਕਵਾਦ 5-10 ਮਿੰਟ ਦੇ ਪਿੱਛੇ ਪਹੁੰਚੋ। ਅਸ਼ੀਸ਼ ਮਾਮੂਪੁਰ ਤੇ ਛੋਟਾ ਸਦਾਮ ਹੁਸ਼ਿਆਰਪੁਰ, ਇਹ ਵੀ ਮੇਰੇ ਵੀਰ ਪਹੁੰਚੋ। ਸਾਰੇ ਵੱਡੀਆਂ ਕੁਸ਼ਤੀ ਵਾਲੇ ਜਿਨ੍ਹਾਂ ਜਿਹਨਾਂ ਬਜ਼ਾਰ ਨੂੰ ਸੱਦਾ ਪੱਤਰ ਦਿੱਤੇ ਹੋ, ਤਿਆਰ ਹੋ ਕੇ ਛੇਤੀ ਤੋਂ ਛੇਤੀ ਗਰਾਊਂਡ ਦੇ ਵਿੱਚ ਪਹੁੰਚ ਜਾਓ। ਕਮਲਜੀਤ ਡੁਮਛੇੜੀ ਭੋਲਾ ਤਲੇਤਾ, ਮਾੜਾ ਜਿਹਾ ਪਿੱਛੇ ਨੂੰ ਪੁੱਤਰਾ ਹੋਇਆ, ਇੱਥੇ ਕਿਉਂ ਕਰਦਾ ਪੁੱਤਰ? ਅੱਖ ਚ ਨਾ ਮਾਰ ਮੇਰਾ ਸੋਹਣਾ, ਉਹਦਾ ਕਮਲਜੀਤ ਦਾ ਸਾਫ ਪਹਿਲਵਾਨ। ਅੱਛਾ ਅੱਛਾ, ਉਹ ਮਹਾਰਾਸ਼ਟਰ ਵਾਲੇ ਬੇਟੇ ਨੂੰ ਆ ਜਾ, ਪੈਸੇ ਲੈ ਲਓ ਆਪਣੇ ਬੇਟੇ। ਬਹੁਤ ਬਹੁਤ ਧੰਨਵਾਦ ਨੇਕਾ ਜੀ ਮੈਰੀਪੁਰ, ਜਿਹਨਾਂ ਵੱਲੋਂ 1,000 ਮੇਰੇ ਲਈ, 1,000 ਲੈਂਬਰ ਪਹਿਲਵਾਨ ਜੀ ਦੇ, 1,000 ਗੋਨੀ ਲਈ ਪੁੱਜਦਾ ਕੀਤਾ। ਹਾਂ, ਇੱਕ ਬਿੰਦਾ ਬਿਸ਼ਨਪੁਰੀ ਨੂੰ 1,000 ਦੇ ਵੱਡੇ ਸਹਿਯੋਗ ਪੁੱਜਦੇ ਕੀਤੇ ਆ। ਨੇਕਾ ਜੀ ਮੈਰੀਪੁਰ ਦਾ ਵੱਡਾ ਧੰਨਵਾਦ ਹੈ। ਬੇਨਤੀ ਆ ਵੀ ਸਿਰੇ ਦੀਆਂ ਕੁਸ਼ਤੀਆਂ ਨੇ, ਆਹ ਟੌਪ ਦੀ ਕੁਸ਼ਤੀ ਜਾ ਰਹੀ ਹੈ, ਕਮਲਜੀਤ ਪਹਿਲਵਾਨ ਜੀ ਡੂਮਛੜੀ ਤੇ ਭੋਲਾ ਕਾਸ਼ਨੀ ਖਾੜਾ ਧਲੇਤੇ ਦੇ ਦਰਮਿਆਨ ਕੁਸ਼ਤੀ ਹੈ। ਸੰਜੇ ਪਹਿਲਵਾਨ ਜੀ ਰਈਏਵਾਲ ਤੇ ਬੀਨਾ ਦਿੱਲੀ ਭੱਜ ਕੇ ਵਿੱਚ ਅੱਜ ਵੱਡੀ ਕੁਸ਼ਤੀ ਦੇ ਨਾਲ ਜੁੜਨਾ ਹੈ। ਬਹੁਤ ਵੱਡਾ ਧੰਨਵਾਦ ਉਹਨਾਂ ਪਰਿਵਾਰਾਂ ਦਾ ਜਿਹਨਾਂ ਵੱਲੋਂ ਵੱਡੇ ਸਹਿਯੋਗ ਹੈ ਕਿ ਕਰ ਕਰ ਮਿਹਨਤਾਂ ਜੁੱਸੇ ਕਮਾਉਣ ਤੋਂ ਬਿਨਾਂ। ਬੀਨਾ ਦਿੱਲੀ ਆ ਜਾ ਮੇਰਾ, ਆ ਜਾ ਰਾਜੂ ਰਈਏਵਾਲ, ਬਹੁਤ ਦੇਰ ਦਾ ਤੁਹਾਡਾ ਨਾਮ ਬੋਲਿਆ, ਛੇਤੀ ਤੋਂ ਛੇਤੀ ਪਹੁੰਚੋ। ਸੰਜੇ ਪਹਿਲਵਾਨ ਜੀ ਰਈਏਵਾਲ, ਬੀਨਾ ਪਹਿਲਵਾਨ ਜੀ ਦਿੱਲੀ, ਅਗਲੀ ਕੁਸ਼ਤੀ ਵਾਲੇ ਮੱਲ ਭੱਜ ਕੇ ਵਿੱਚ ਆ ਜਾਓ, ਸ਼ਾਬਾਸ਼। ਕਿਆ ਬਾਤ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਾਰ ਸਿੰਘ ਜੀ ਮਾਸਟਰ ਜੀ, ਸਾਡੇ ਕਾਫੀ ਸਮਾਂ ਪਹਿਲਾਂ ਸਾਡੇ ਤੋਂ ਵਿਛੜੇ ਸੀ, ਉਹਨਾਂ ਦੇ ਲਖਤੇ ਜਿਗਰ ਸੋਨੂੰ, ਉਹਨਾਂ ਵੱਲੋਂ ਦੁੱਧ ਦੀ ਛਬੀਲ ਲਾਈ ਆ, ਫਰੂਟ ਦਾ ਵੀ ਉਹਨਾਂ ਦਾ ਇਹ ਲੰਗਰ ਹੈ ਜਿਹੜਾ ਚੱਲ ਰਿਹਾ ਜੀ। ਕੈਨੇਡਾ ਤੋਂ ਪਹੁੰਚੇ ਸਾਡੇ ਕੋਲ ਸਰਦਾਰ ਦਲਾਰ ਸਿੰਘ ਜੀ ਦੇ ਲੜਕੇ ਸੋਨੂੰ, ਉਹਨਾਂ ਵੱਲੋਂ ਇਹ ਬਹਿ ਜਾਓ ਥੱਲੇ ਕਾਲੇ ਬੇਟੇ, ਬੈਠ ਜਾਓ ਯਾਰ, ਸ਼ਾਬਾਸ਼ ਬਾਈ ਸ਼ਾਬਾਸ਼। ਬਿਨੇ ਦਿੱਲੀ ਰਾਜੂ ਰਈਏਵਾਲ, ਰਾਜੂ ਆ ਜਾ ਪੁੱਤ, ਬਿਨੇ ਆ ਜਾ, ਛੇਤੀ ਕਰੀ ਯਾਰ।
ਬਿਨਾ ਦਿੱਲੀ ਲਓ ਇਧਰਲੇ ਪਾਸੇ ਸਾਡੀਆਂ ਸ਼ਖਸੀਅਤਾਂ ਪੁੱਜੀਆਂ ਨੇ। ਸ਼ੰਕਰ ਦੀ ਸਾਰੀ ਛਿੰਝ ਕਮੇਟੀ ਪੁੱਜੀ ਹੈ। 18 ਤਰੀਕ ਲਈ ਸੱਦੇ ਪੱਤਰ ਦਿੰਦੇ ਆ ਵੀ ਇੱਕ ਟਰੈਕਟਰ ਹੈ, 3 ਮੋਟਰਸਾਈਕਲ ਹੈ। ਜਰਨਲ ਸਿੰਘ ਘੋਗੀ ਸਾਹਿਬ ਤੁਹਾਡੇ ਮਿੱਤਰ ਆਏ ਆ, ਜੱਜ ਦੇਵ ਜੀ ਉਹਨਾਂ ਨਾਲ ਜ਼ਰੂਰ ਮਿਲਿਓ ਕਿਉਂਕਿ ਤੁਹਾਡੇ ਪੁਰਾਣੇ ਮਿੱਤਰ ਨੇ, ਸਤਿਕਾਰਯੋਗ ਸ਼ਖਸੀਅਤਾਂ ਨੇ। ਔਰ ਸਤਿਕਾਰ ਕੀਤਾ ਬੋਲਦਾ ਕੱਲੀ ਕੱਲੀ ਸ਼ਖਸੀਅਤ ਆ ਸੰਜੇ ਪਹਿਲਵਾਨ ਜੀ ਰਈਏਵਾਲ ਬੀਨਾ ਦਿੱਲੀ, ਅਗਲੀ ਕੁਸ਼ਤੀ ਵਾਲੇ ਮੱਲ ਭੱਜ ਕੇ ਵਿੱਚ ਆ ਜਾਓ ਮਿਹਰਬਾਨੀ ਕਰਕੇ, ਸ਼ਾਬਾਸ਼, ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ। ਕੱਲੇ ਕੱਲੇ ਜ਼ਿਲ੍ਹੇ ਦਾ ਜਿਨ੍ਹਾਂ ਵੱਲੋਂ ਬਹੁਤ ਵੱਡਾ ਉਪਰਾਲਾ, ਦੁਨੀਆਂ ਦੇ ਮਹਿੰਗੇ ਮੱਲਾਂ ਦੇ ਜਿਹੜੇ ਦਰਸ਼ਨ ਸਮੁੱਚੇ ਨਗਰ ਦੇ ਵਿੱਚ ਹੁੰਦੇ ਆ, ਸਤਿਕਾਰ ਕੀਤਾ ਬੋਲਦਾ ਕੱਲੀ ਕੱਲੀ ਸ਼ਖਸੀਅਤ ਆ। ਮੈਂ ਬੇਨਤੀ ਕਰਾਂ ਵੀ ਆਓ ਭੱਜ ਕੇ ਵਿੱਚ ਸਾਰੇ ਭਰਾ ਜਿਹੜੇ ਭਲਵਾਨਾਂ ਦੇ ਹੱਥ ਜੋੜੀਆਂ ਹੋ ਗਈਆਂ ਨੇ, ਆਸ਼ੀਸ਼ ਪਹਿਲਵਾਨ ਜੀ ਦਿੱਲੀ ਤੇ ਛੋਟਾ ਸੱਦਾਮ ਹੁਸ਼ਿਆਰਪੁਰ ਭੱਜ ਕੇ ਵਿੱਚ ਆ ਜਾਓ, ਇਹ ਵੀ ਕੁਸ਼ਤੀ ਦੇਖਣ ਵਾਲੀ ਆ। ਬੀਨਾ ਦਿੱਲੀ ਆਵੇ ਭੱਜ ਕੇ ਵਿੱਚ, ਸੰਜੇ ਪਹਿਲਵਾਨ ਜੀ ਹਰਿਆਣਾ ਪਾਓ ਲੰਗੋਟ ਮੇਰਾ ਭਰਾ, ਦੁਨੀਆਂ ਦਾ ਵੱਡਾ ਪਹਿਲਵਾਨ ਹੋਇਆ ਜਿਹੜਾ ਬਿਨਾਂ ਪਿੱਠ ਲਵਾਈ ਤੋਂ ਸੁੰਨੀ ਪਿੱਠ ਗਿਆ। ਸ਼ੰਕਰ ਸਰਦਾਰ ਜਦੋਂ ਅੱਜ ਵੀ ਕੋਈ ਨਾਂ ਲੈਂਦਾ ਅਗਲਾ ਕਹਿੰਦਾ ਤੂੰ ਕਿਹੜਾ ਵੱਡਾ ਗਦਾਵਰ ਆ। ਸੋ ਵੱਡਾ ਮਲ ਜੱਟ ਪਰਿਵਾਰ ਦੇ ਵਿੱਚੋਂ ਸ਼ੰਕਰ ਦਾ ਨਾਂ ਉੱਚਾ ਕੀਤਾ। ਸੋ ਉਹਦੇ ਉਹਨਾਂ ਵੱਲੋਂ 18 ਤਰੀਕ ਦੀ ਛਿੰਝ ਰੱਖੀ ਗਏ। ਹਰ ਸਾਲ ਹੁੰਦਾ ਸੀ ਵੀ ਜਾਈਦਾ, ਬਹੁਤ ਵੱਡਾ ਮੇਲਾ ਹੁੰਦਾ ਆ, 2-3 ਦਿਨ ਦਾ ਮੇਲਾ ਆ। ਦੁਨੀਆਂ ਦਾ ਸਾਰਾ ਸੱਭਿਆਚਾਰ ਹੁੰਦਾ ਉੱਥੇ, ਭੰਗੜੇ ਬੋਲੀਆਂ ਸਾਰਾ ਕੁਛ ਹੀ ਹੁੰਦਾ। ਸੋ ਉਹਨਾਂ ਵੱਲੋਂ ਸਰਦਾਰ ਜੀ ਸਾਡਾ ਬੜਾ ਮਾਣ ਕੀਤਾ। ਸੋ ਮੈਂ ਧੰਨਵਾਦੀ ਹਾਂ ਸਾਰੀ ਪੰਚਾਇਤ ਦਾ, ਸ੍ਰੀ ਜੋਧੇ ਵਾਸਤੇ ਰਹਿਣ ਸੱਜਣ। ਅੱਜ ਸਾਡਾ ਦੁਆਬਾ ਵਸਿਆ ਇਹਨਾਂ ਲੋਕਾਂ ਦੇ ਸਿਰ 'ਤੇ ਆ। ਇੱਧਰੋਂ ਲੁਧਿਆਣਾ ਟੱਪ ਜਾਓ ਤੁਹਾਨੂੰ ਕੋਈ ਮੇਲਾ ਨਹੀਂ ਦਿਸਣਾ, ਭਾਵੇਂ ਮਿੱਤਰ ਲਿਖਾ ਲਓ। ਇੱਧਰੋਂ ਜਲੰਧਰ ਟੱਪ ਜਾਓ ਕੋਈ ਨਹੀਂ ਦਿਸਣਾ। ਇਹ ਦੁਆਬੇ ਨੂੰ ਰੱਬ ਨੇ ਮਾਣ ਬਖਸ਼ਿਆ ਆ। ਸਾਡੇ ਹਰ ਸਾਡੇ ਨਾਲ ਕੰਮ ਆ 4 ਤਰੀਕ ਦੀ ਗੱਲ, ਅਤੇ ਇੱਧਰ ਹੋ ਕੇ ਹੱਟੀ ਆ ਅਤੇ ਖਟਕੜਾਂ, ਇੱਥੇ ਪੱਲੀਆਂ, ਮਾਲਾ, ਜਿਹੜਾ ਕਿਹੜਾ ਪਿੰਡ ਜਿੱਥੇ ਐਡਾ ਵੱਡਾ ਮੇਲਾ ਨਹੀਂ, ਲੱਖਾਂ ਰੁਪਈਆ ਦੁਨੀਆ ਖਰਚਦੀ ਆ। ਸੋ ਮੇਰੀ ਮੱਲਾਂ ਨੂੰ ਵੀ ਬੇਨਤੀ ਆ ਕਿ ਸਾਡਾ ਵੀ ਸਾਡੀ ਬੇਨਤੀ ਪ੍ਰਵਾਨ ਕਰਿਆ ਕਰੋ, ਮੇਲੇ ਖਿਲਾਫ ਜਿੰਨਾ ਵੀ ਕੋਈ ਕਮੇਟੀ ਕਹਿੰਦੀ ਉਹਦਾ ਨਾਲ ਸਾਥ ਦਿਆ ਕਰੋ। ਸੋ ਮੇਰੀ ਬੇਨਤੀ ਆ ਰਾਜੂ ਰਈਏਵਾਲ ਅਤੇ ਬਿਨੇ ਦਿੱਲੀ, ਬਿਨੇ ਆ ਜਾ ਸੋਹਣਿਆ ਬਈ, ਖਾੜਾ ਖਾਲੀ ਵਿਆਹ ਪੁੱਤਰਾ ਹੋਏ। ਉੱਧਰ ਮਹਿੰਦਰ ਗਾਇਕਵਾੜ ਅਤੇ ਗੌਰਵ ਮਾਛੀ ਵਾੜਾ ਦੋਨੋਂ ਪਹਿਲਵਾਨ ਛੇਤੀ ਤੋਂ ਛੇਤੀ ਐਂਟਰ ਕਰ ਜਾਓ। ਸਭਾ ਸੂਰਜ ਆਪਣੀ ਚਾਲੇ ਚੱਲਿਆ, ਸਮਾਂ ਸਮਾਂ ਸਮਰੱਥ ਸਮੇਂ ਮੇਰੀ ਇੱਕ ਨਾ ਮੰਨੀ, ਮੈਂ ਰਹੀ ਬਥੇਰਾ ਘੱਟ ਸਮੇਂ ਖਸਕਾਈ ਕੰਨੀ, ਇਹ ਠਹਿਰਨ ਮੂਲ ਨਾ ਜਾਣਦਾ ਅਤੇ ਗਿਆ ਨਹੀਂ ਮੁੜ ਕੇ ਆਉਂਦਾ। ਸੋ ਸਮਾਂ ਜਿਹੜਾ ਸੱਜਣੋ ਸਾਡੇ ਵਿੱਚੋਂ ਬਹੁਤ ਬੰਦੇ ਤੁਹਾਨੂੰ ਮੈਂ ਦੱਸਿਆ, ਸਰਦਾਰ ਗੁਰਦਿਆਲ ਸਿੰਘ, ਸ੍ਰੀ ਸ਼ੰਕਰ ਸਿੰਘ, ਇੱਕ ਮਹੀਨੇ ਦੇ ਵਿੱਚ ਸਾਡੇ 3 ਬੰਦੇ ਚੱਲ ਗਏ। ਸਰਦਾਰ ਸਰਮਨ ਸਿੰਘ ਪ੍ਰਧਾਨ ਸਾਡੇ ਰੱਸੇ ਦੇ ਕੈਪਟਨ ਹੁੰਦੇ ਸੀ, ਉਹਨਾਂ ਦੀ ਕਨੇਡਾ ਦੇ ਵਿੱਚ ਮੌਤ ਹੋਈ ਆ। ਸੋ ਇੱਕ ਮਹੀਨੇ ਦੇ ਵਿੱਚ ਸਾਡੇ 3 ਬੰਦੇ ਚੱਲ ਗਏ। ਸੋ ਬਹੁਤ ਲੱਗਦਾ ਸੀ ਇੱਦਾਂ ਵੀ ਕਿੱਦਾਂ ਹੋਊਗਾ। ਸੋ ਬੱਚਿਆਂ ਨੇ ਐਤਕੀ ਸੰਭਾਲ ਲਿਆ ਕੰਮ, ਥੋੜ੍ਹੀ ਤਰੁੱਟੀ ਵੀ ਜੇ ਰਹਿ ਗਈ ਹੋਊਗੀ, ਆਪਾਂ ਮਾਫ਼ੀ ਚਾਹੁੰਦੇ ਹਾਂ ਸਾਰਿਆਂ ਤੋਂ। ਸੋ ਸਾਡੇ ਸਿੰਘ ਮੇਲੇ ਦਾ ਤੁਸੀਂ ਐਡਾ ਮਾਣ ਰੱਖਦੇ, ਮੈਂ ਸਾਰੇ ਸਿੰਘਾਂ ਦਾ, ਤੁਹਾਡੀ ਜਿਹੜੀ ਜੁੱਤੀ ਦੀ ਨੋਕ ਦੀ ਧੂੜਿਆ ਨਾ, ਉਹ ਵੀ ਅਸੀਂ ਸਾਡੀ ਹਿੱਕ 'ਤੇ ਆਉਂਦੀ ਆ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ। ਸੋ ਮੈਨੂੰ ਪਤਾ ਸਾਰੇ ਜਿੰਨੇ ਵੀ ਸੱਜਣੇ ਤੁਸੀਂ ਸਾਡੇ ਪਿੰਡ ਦੀ ਨਗਰ ਦੀ ਸਿੰਘ ਦਾ ਮਾਣ ਬਣਦੇ ਆ, ਬਹੁਤ ਬਹੁਤ ਧੰਨਵਾਦ ਆ। ਪਹਿਲਵਾਨ ਵੀਰਾਂ ਦਾ ਵੀ, ਸੋ ਜਿੰਨੀਆਂ ਵੀ ਕਮੇਟੀਆਂ ਪਹੁੰਚੀਆਂ, ਨੌ ਰਹਿਣ ਤੋਂ ਵੀ ਰਹਿ ਜੀ, ਚਾਚਾ ਜੀ ਇੱਕ ਮਿੰਟ ਦਿਓ। ਲਓ ਸੰਜੇ ਪਹਿਲਵਾਨ ਜੀ ਰਈਏਵਾਲ ਆ ਗਿਆ, ਬੀਨੇ ਪਹਿਲਵਾਨ ਜੀ ਦਿੱਲੀ ਵਿੱਚ ਆਓ, 1,20,000 ਦੀ ਕੁਸ਼ਤੀ ਆ, ਭਲਵਾਨ ਭੱਜ ਕੇ ਵਿੱਚ ਆਉਣਗੇ। ਇੱਧਰਲੇ ਪਾਸੇ ਬਿੰਨੇ ਦਿੱਲੀ, ਪਿਛਲੇ ਸਾਲ ਕਮਲਜੀਤ ਖਾਲਸਾ ਦੇ ਨਾਲ ਕੁਸ਼ਤੀ ਹੋਈ ਸੀ, ਰਾਜੂ ਨੇ ਬਹੁਤ ਮਿਲਾਪੜਾ ਬੱਚਾ ਆ, ਹੱਸੀ ਜਾਣਾ ਇਹਨੇ ਜੋ ਮਰਜ਼ੀ ਕਹੀ ਆ। ਸੋ ਪਹਿਲਵਾਨੀ ਕਿੱਦਾਂ ਦੀ ਚੀਜ਼ ਆ, ਜੇ ਤੁਸੀਂ ਗੁੱਸਾ ਕਰਦੇ ਆ ਨਾ ਤੁਹਾਡਾ ਉੱਦਾਂ ਹੀ ਖੂਨ ਜਲੀ ਜਾਂਦਾ, ਇਸ ਕਰਕੇ।
ਇਹ ਕੋਈ ਇੱਕ ਬੰਦੇ ਦੀ ਨਾ ਬੋਲੀ, ਹਰਪਿੰਦਰ ਆਹ ਕੁਸ਼ਤੀ ਸ਼ੁਰੂ ਕਰਾਓ, ਮੇਰੇ ਪਾਸ ਦੋਏ ਗੁਰਦੀਪ ਨੂੰ ਵੀ ਲਾਇਆ। ਆਹ ਕੁਸ਼ਤੀ ਗੁਰਦੀਪ ਸਿੰਘ ਅਤੇ ਹਰਪਿੰਦਰ ਸਿੰਘ ਜੀ ਸਨ, ਪਾਲ ਸਿੰਘ ਜੀ ਬੈਂਸ ਉਹਨਾਂ ਦੇ ਪਰਿਵਾਰ ਵੱਲੋਂ, ਉਹਨਾਂ ਕਿਸੇ ਵੱਲੋਂ ਹੋ ਜੀ ਇੱਕ ਚੁੱਕ ਕਰਵਾ ਦੇਣੀ ਸਾਰਿਆਂ ਤੋਂ। ਰਾਜੂ ਰਈਏਵਾਲ ਬਿਨੇ ਦਿੱਲੀ ਇੱਥੇ ਕਰਾ ਦੇਣਾ, ਉਹ ਪੰਚਾਇਤ ਦੀ ਆਉਂਦੀ ਹੈ ਯਾਰ, ਸੰਜੇ ਰਈਏਵਾਲ ਸੋਰੀ ਸੰਜੇ ਰਈਏਵਾਲ ਬਿਨੇ ਦਿੱਲੀ ਪਿਛਲੇ ਸਾਲ ਬਹੁਤ ਵਧੀਆ ਕੁਸ਼ਤੀ ਮੁੰਡਾ ਕਰਕੇ ਗਿਆ, ਖਾਲਸਾ ਕਮਲਜੀਤ ਖਾਲਸਾ ਸਾਡੇ ਕੋਲ ਉਹਨਾਂ ਦੇ ਨਾਲ ਦੀ ਕੁਸ਼ਤੀ ਸੀ। ਹਰਪਿੰਦਰ ਆ ਜਾਓ ਯਾਰ, ਕੋਈ ਇੱਕ ਬੰਦਾ ਜਿਹਨਾਂ ਦੀ ਕੁਸ਼ਤੀ ਆ, ਕਿਸੇ ਦੀ ਵੀ ਹੋਵੇ, ਨਹੀਂ ਸਾਰਿਆਂ ਦੀਆਂ ਯਾਰ, ਛੇ ਕੁਸ਼ਤੀਆਂ ਯਾਰ, ਛੇ ਬੰਦਿਆਂ ਦੀਆਂ, ਤੂੰ ਕਰਾ ਦੇ ਇਹ ਤੋਂ ਕਰਾ ਦਿਓ ਭਾਵੇਂ। ਆਹੋ ਹਾਂਜੀ, ਇਧਰਲੇ ਪਾਸੇ ਉਹ ਸਾਰੇ ਆ ਜਾਓ, ਸਾਡੇ ਸਵਰਗਵਾਸੀ ਸਰਦਾਰ ਤਰਸੇਮ ਸਿੰਘ ਜਿਹੜੇ ਅਮਰੀਕਾ ਨਿਵਾਸੀ ਸਨ, ਗੁਰਦਿਆਲ ਸਿੰਘ ਜੀ ਦੇ ਜੋਰਾਵਰ ਸਿੰਘ ਨੂੰ ਬੇਨਤੀ ਆ ਵੀ ਉਹ ਵੀ ਆਵੇ, ਸਰਬਸਿੱਧ ਤਰਸੇਮ ਸਿੰਘ ਜੀ ਨੰਬਰਦਾਰ ਸਾਹਿਬ ਅਤੇ ਸਵਰਗਵਾਸੀ ਗੁਰਦਿਆਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਕੁਸ਼ਤੀ ਹੈ, ਜੋਰਾਵਰ ਸਿੰਘ ਨੂੰ ਬੇਨਤੀ ਆ ਵੀ ਆਵੇ ਮੇਰਾ ਭਰਾ ਵਿੱਚ, ਆ ਜਾਓ ਸਾਰੇ ਜੋਰਾਵਰ ਸਿੰਘ ਜੀ ਆਓ, ਆਪਾਂ ਨਾਲੇ ਫੋਟੋ ਕਰਵਾ ਕੇ ਕੁਸ਼ਤੀ ਦੇ ਨਾਲ ਜੁੜਨਾ ਹੈ। ਰਾਜੂ ਆਪ ਤੋਏ ਸੰਜੇ ਸੋਚੋ ਸੋਰੀ ਰਾਜੂ ਮੂੰਹ ਸੰਜੇ ਆ ਜਾਓ ਤੋਏ ਜੋਰੇ ਕਹਿੰਦੀ ਚੱਲ ਹਰਪਿੰਦਰ ਨਾਲ ਹੀ ਕਰਾ ਦਿਓ ਜੀ, ਕਿਸੇ ਦੀ ਕਰਾ ਦਿਓ, ਇਹਨਾਂ ਦੀ ਬਾਅਦ ਚੀਜ਼ ਕਰਾ ਦਿਓ। ਗੁਰਦੀਪ ਆ ਜਾ ਪੁੱਤੋ, ਸਾਡੇ ਸਵਰਗਵਾਸੀ ਸਰਦਾਰ ਇੱਧਰ ਨੂੰ ਮਨਾ ਪੁੱਤ ਕਰ ਲਓ ਥੋੜ੍ਹਾ ਜਿਹਾ, ਸਵਰਗਵਾਸੀ ਸਰਦਾਰ ਤਰਸੇਮ ਸਿੰਘ ਜੀ ਨੰਬਰਦਾਰ ਸਾਹਿਬ ਅਤੇ ਸਵਰਗਵਾਸੀ ਸਰਦਾਰ ਗੁਰਦਿਆਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਕੁਸ਼ਤੀ ਹੈ, ਬਿਲੇਬਾਜੀ ਹੋ ਜਾਓ ਨਾਲ ਨਾਲ ਹੋ ਕੇ ਫੋਟੋ ਕਰਵਾ ਲਈਏ, ਬਹੁਤ ਵੱਡਾ ਸਤਿਕਾਰ ਜੋਰਾਵਰ ਸਿੰਘ ਜੀ ਨਾਲ ਨੇ, ਸਾਰੇ ਪਰਿਵਾਰਾਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਪਰਿਵਾਰਾਂ ਨੇ ਬਹੁਤ ਵੱਡੇ ਸਹਿਯੋਗ ਦਿੱਤੇ। ਆ ਕੁਸ਼ਤੀ ਬਹੁਤ ਵਧੀਆ ਚੱਲ ਰਹੀ, ਕਮਲਜੀਤ ਪਹਿਲਵਾਨ ਜੀ ਡੂਮਛੇੜੀ ਭੋਲਾ ਕਾਸ਼ਨੀ ਖੜਾ ਧਲੇਤਾ ਜਿਨ੍ਹਾਂ ਦੇ ਦਰਮਿਆਨ ਦੋ ਕੁਸ਼ਤੀਆਂ ਦੀ ਸ਼ੁਰੂਆਤ ਹੋਣ ਲੱਗੀ ਤੇ ਪਹਿਲੀ ਕੁਸ਼ਤੀ ਜਿਹੜੀ ਹੈ ਬਹੁਤ ਵਧੀਆ, ਸ਼੍ਰੀ ਸੋਹਣ ਲਾਲ ਜੀ ਸਾਬਕਾ ਸਰਪੰਚ ਸਾਹਿਬ ਉਹਨਾਂ ਨੇ ਫੋਟੋ ਕਰਵਾਈ ਹੈ। ਸੰਜੇ ਸੋਹਣਿਆ ਤੇ ਆਪਾਂ ਬਹਿਲੇ ਨੇ ਦੋਏ ਦੇਖ ਲਓ, ਬਹੁਤ ਬਹੁਤ ਸਤਿਕਾਰ ਰਈਏਵਾਲ ਤੇ ਬਿਨੇ ਦਿੱਲੀ, ਇੱਥੇ ਲੱਗ ਜਾਓ ਪੁੱਤੋ, ਇੱਥੇ ਲੱਗ ਜਾਓ ਬਿਨੇ ਦਿੱਲੀ, ਇੱਕ ਵਾਰ ਤਕੜਾ ਕਰੇ ਲਾਲ ਰੰਗ ਦੀ ਕੈਂਚ, ਸੰਜੇ ਪਹਿਲਵਾਨ ਜੀ ਰਈਏਵਾਲ ਕਾਲੇ ਰੰਗ ਦੀ ਕੈਂਚ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ, ਤਾੜੀ ਮਾਰਦੇ ਜ਼ੋਰਦਾਰ। ਮਿੰਦਰ ਗਾਇਕਵਾੜ ਤੇ ਗੌਰਵ ਮਾਛੀਵਾੜਾ ਉਹ ਵੀ ਮੇਰਾ 2 ਮਿੰਟ ਦੇ ਵਿੱਚ ਐਂਟਰ ਕਰ ਜਾਓ, ਇੱਕ ਆਸ਼ੀਸ਼ ਆਸ਼ੀਸ਼ ਦਿੱਲੀ ਤੇ ਨਾਲ ਛੋਟਾ ਸੱਦਾਮ ਹੁਸ਼ਿਆਰਪੁਰ, ਪਹਿਲਵਾਨਾਂ ਨੂੰ ਬੇਨਤੀ ਆ ਵੀ 2 ਕੁਸ਼ਤੀਆਂ ਰਹਿ ਗਈਆਂ ਨੇ, ਮੱਲ ਭੱਜ ਕੇ ਵਿੱਚ ਆ ਜਾਓ, ਗੌਰਵ ਪਹਿਲਵਾਨ ਜੀ ਮਾਛੀਵਾੜਾ ਆਓ ਭੱਜ ਕੇ ਮੱਲ ਵਿੱਚ, ਕਮਲਜੀਤ ਹੱਲਾ ਮਾਰੋ ਸੋਹਣਿਆ, ਤਰੀ ਨੂੰ ਆਪਣੇ ਭੋਲੇ ਪਹਿਲਾਂ ਆਸ਼ੀਸ਼ ਵਾਲੀ ਕਰਵਾਉਣੀ ਹੈ, ਮੈਨੂੰ ਯਾਦ ਆ ਅਸੀਂ 80 ਇਹਨੂੰ ਦੇਖਿਆ ਸੀ ਭੋਲੇ ਨੂੰ, ਇਹਦਾ ਚਾਚਾ ਵੀ ਇਹਦੇ ਨਾਲ ਸੀ, ਇੰਨੀ ਵਧੀਆ ਕੁਸ਼ਤੀ ਕੀਤੀ ਸੀ ਇਹਨੇ ਸਾਡਾ, ਅਸੀਂ ਉੱਥੇ ਇਹਨੂੰ ਸਾਈ ਦੇ ਕੇ ਆ ਗਿਆ ਸੀ, ਸੋ ਇਸ ਕਰਕੇ 3 ਸਾਲ ਤੋਂ ਪਹਿਲੀ ਗੱਲ ਆ, ਸੋ ਵੱਡੀਆਂ ਐਡਾ ਭਾਰ ਕਰੋ ਮੇਰਾ ਸੋਹਣਾ, ਮੈਂ ਤੁਹਾਨੂੰ ਦੱਸਿਆ ਦੁਆਬੇ ਦੇ ਲੋਕ ਨਾ ਰੁਪਈਆ ਬੈਗਾਂ ਦੇ ਵਿੱਚ ਪਾ ਕੇ ਫਿਰਦੇ ਆ, ਕੁਸ਼ਤੀ ਕਰਕੇ ਦਿਖਾ ਲਓ, ਅਗਲਾ ਕਹਿੰਦਾ 2-8 ਸਾਈ ਫੜਾਉਣ ਦੀ ਕਰਦਾ, ਪਰ ਜੇ ਤੁਸੀਂ ਇੱਥੇ ਲੰਮੇ ਪੈ ਜਾਣਾ ਖੱਟੀ ਲੱਸੀ ਪੀ ਕੇ ਤਾਂ ਫਿਰ ਅਗਲਾ ਕਹਿੰਦਾ ਤੂੰ ਭਰਾਵਾ ਇੱਧਰ ਹੀ ਰਹਿ, ਸੋ ਇਸ ਕਰਕੇ ਕੁਸ਼ਤੀਆਂ ਕਰਿਆ ਕਰੋ, ਵੱਡੀਆਂ ਕੁਸ਼ਤੀਆਂ ਲੋਕਾਂ ਨੇ ਦੇਖੀਆਂ ਆ, ਸਾਡੇ ਅਗਲੀ ਪੀੜ੍ਹੀ ਜਿਹੜੀ ਆਊਗੀ ਉਹ ਤਾਂ ਜ਼ਰੂਰ ਕਪੂਰਥਲਾ ਰਾਜ ਦੇ ਵਿੱਚ ਫਸ ਜਾਓ, ਜਿਹੜੇ ਅਸੀਂ ਲੋਕ ਹਾਂ ਅਸੀਂ ਉਹਨਾਂ ਮੱਲਾਂ ਦੀਆਂ ਕੁਸ਼ਤੀਆਂ ਦੇਖੀਆਂ ਆ, ਸਿੱਧੇ ਪੱਟੀ ਵਰਗੇ ਦਰਸ਼ਨ ਕਪੂਰਥਲੀਏ ਵਰਗੇ ਗੁਰਮੁਖ ਪਟਿਆਲਾ ਉੱਧਰ ਸਿੰਧਾ ਪੱਟੀ
ਵੱਡੇ ਵੱਡੇ ਮਾਲ ਸੀ ਜਿਹੜੇ ਮਰਨ ਮਾਨ ਦੇ ਹੋ ਜਾਂਦੇ ਸੀ, ਕੁਸ਼ਤੀਆਂ ਮੰਗ ਮੰਗ ਕੇ ਲੈਂਦੇ ਸੀ। ਮੈਨੂੰ ਯਾਦ ਆ ਦਰਸ਼ਨ ਨੂੰ ਨਹੀਂ ਇੱਥੇ ਸਾਡੇ ਮੰਗ ਕੇ ਕੁਸ਼ਤੀ ਲਈ ਸੀ, ਕਹਿੰਦੇ ਸਾਡੀ ਪਿੱਛੇ ਬਰਾਬਰ ਹੈਗੇ, ਕੁਸ਼ਤੀ ਸਾਡੀ ਇੱਥੇ ਵੀ ਕਰਾਓ। ਇੱਦਾਂ ਦੇ ਮਲ ਹੁੰਦੇ ਸੀ। ਅੱਜ ਤਾਂ ਲੋਕ ਹਰੇ ਕੋ ਕਹੀ ਜਾਂਦਾ, ਪਤਾ ਨਹੀਂ ਕਿਆ ਉਹਨੂੰ ਕਹਿੰਦੇ ਆ, ਨੂਰੀ ਹੋ ਗਈ, ਪਤਾ ਨਹੀਂ ਫਲਾਨੀ ਕੁਸ਼ਤੀ ਹੋ ਗਈ। ਇਸ ਕਰਕੇ ਜਿੰਨਾ ਚਿਰ ਤੁਸੀਂ ਕੁਸ਼ਤੀ ਕਰੋਗੇ ਉਨਾ ਚਿਰ ਦੁਆਬੇ ਦੇ ਲੋਕ ਰੁਪਈਏ ਲੈ ਕੇ ਮਗਰ ਘੁੰਮਦੇ ਆ। ਇਸ ਕਰਕੇ ਮੇਰੀ ਬੇਨਤੀ ਆ ਸਾਰਿਆਂ ਪਹਿਲਵਾਨਾਂ ਨੂੰ, ਅੱਲਾ ਮਾਰਿਆ ਕਰੋ ਮੇਰੇ ਸੋਹਣੇ। ਬਹੁਤ ਕੁਸ਼ਤੀਆਂ ਕਰਦ ਵਿੱਚ ਚੱਲ ਰਹੀਆਂ ਨੇ, ਇੱਕ ਪਾਸੇ ਭੋਲਾ ਕਾਸ਼ਨੀ ਤੇ ਕਮਲਜੀਤ ਦੂਮਛੜੀ ਹੈ, ਇਧਰਲੇ ਪਾਸੇ ਸੰਜੇ ਹਰਿਆਣਾ ਤੇ ਬੀਨਾ ਦਿੱਲੀ ਦੇ ਦਰਮਿਆਨ ਵੱਡੀ ਕੁਸ਼ਤੀ ਹੈ। ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ। ਆਸ਼ੀਸ਼ ਪਹਿਲਵਾਨ ਜੀ ਦਿੱਲੀ ਤੇ ਛੋਟਾ ਸੱਦਾਮ ਹੁਸ਼ਿਆਰਪੁਰ ਜਲਦੀ ਨਾਲ ਵਿੱਚ ਆ ਜਾਣ। ਅੱਜ ਦੀ ਕਹਿੰਦੇ ਤੀਸਰੀ ਕੁਸ਼ਤੀ ਜਿਹੜੀ ਸ਼ੁਰੂ ਹੋਣੀ, ਉਸ ਤੋਂ ਬਾਅਦ ਵੱਡੀ ਜਿਹੜੀ ਕੁਸ਼ਤੀ ਹੋਣੀ ਆ, ਗੌਰਵ ਪਹਿਲਵਾਨ ਜੀ ਮਾਛੀਵਾੜਾ ਤੇ ਮਹਿੰਦਰ ਪਹਿਲਵਾਨ ਜੀ ਗਾਇਕਵਾੜ ਜਲਦੀ ਨਾਲ ਤਿਆਰੀ ਕਰਕੇ ਵਿੱਚ ਆ ਜਾਣ। ਘਰ ਘਰ ਮਿਹਨਤਾਂ ਜੁੱਸੇ ਕਮਾਉਣ ਗੱਭਰੂ, ਕਿਉਂਕਿ ਜ਼ੋਰ ਬਕੈਂਦਾ ਨਹੀਂ ਦੋਸਤ ਵਿੱਚ ਮੰਡੀ। ਪੀ ਪੀ ਤ੍ਰਿੜਕੇ ਬੈਠਕਾਂ ਡੰਡ ਲਾਉਂਦੇ, ਗਰਮੀ ਹਾੜ ਦੀ ਬਚਾਏ ਪੋਹ ਠੰਡੀ, ਰੱਬ ਦੀ ਮਿਹਰ ਮਾਪਿਆਂ ਦਾ ਦੇਣ ਸਦਕਾ, ਆਪਣੇ ਆਪ ਨੂੰ ਸਦਾ ਜਾਣ ਚੰਡੀ, ਛਿਲੇ ਕਮਾਉਣ ਉਸਤਾਦਾਂ ਦੇ ਕੋਲ ਜਾ ਕੇ, ਬਿਣਕ ਤਾਂ ਜਾ ਕੇ ਹੁੰਦੀ ਆ ਮੈਦਾਨ ਵਿੱਚ ਚੰਡੀ। ਬੀਨਾ ਦਿੱਲੀ ਲਾਲ ਰੰਗ ਦੀ ਕੈਂਚ, ਸੰਜੇ ਪਹਿਲਵਾਨ ਜੀ ਇਸ ਵੇਲੇ ਖੜਾ ਰਹੀਏ ਵੱਲ ਕਾਲੇ ਰੰਗ ਦੀ ਕੈਂਚ, ਇੱਧਰ ਲਾਲ ਰੰਗ ਦੀ ਕੈਂਚ ਦੇ ਵਿੱਚ ਭੋਲਾ ਕਾਸ਼ਨੀ ਖੜਾ ਧਲੇਤਾ, ਨਾਲ ਕਮਲਜੀਤ ਪਹਿਲਵਾਨ ਜੀ ਡੂਮਛੜੀ ਦੇ ਦਰਮਿਆਨ ਵੱਡੀ ਕੁਸ਼ਤੀ ਹੈ। ਦੋ ਕੁਸ਼ਤੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਨੇ। ਬੇਨਤੀ ਹੈ ਵੀ ਅਗਲੀਆਂ ਕੁਸ਼ਤੀਆਂ ਵਾਲੇ ਮਲ ਤਿਆਰੀ ਕਰਕੇ ਵਿੱਚ ਆ ਜਾਓ। ਆਸ਼ੀਸ਼ ਪਹਿਲਵਾਨ ਜੀ ਦਿੱਲੀ ਤੇ ਨਾਲ ਛੋਟਾ ਸੱਦਾਮ ਹੁਸ਼ਿਆਰਪੁਰ, ਆਓ ਭੱਜ ਕੇ ਵਿੱਚ ਮੱਲਣ ਨੂੰ ਬੇਨਤੀ ਹੈ। ਸ਼ਾਬਾਸ਼ ਗਾਇਕਵਾੜ ਤੇ ਗੌਰਵ ਮਾਛੀਵਾੜਾ, ਉਦੋਂ ਕਹਿੰਦੇ ਸਾਨੂੰ 10 ਮਿੰਟ ਦੇ ਦਿਓ, ਹੁਣ ਤਾਂ 15 ਮਿੰਟ ਹੋ ਚੱਲੇ ਬਈ। ਚਾਰੇ ਪਹਿਲਵਾਨ ਛੇਤੀ ਤੋਂ ਛੇਤੀ ਪਹੁੰਚਣ ਦੀ ਕਿਰਪਾਲਤਾ ਕਰੋ। ਅਸੀਂ ਸਾਰਿਆਂ ਪਹਿਲਵਾਨਾਂ ਨੂੰ ਮੈਸੇਜ ਸਾਈਆਂ ਦੇ ਕੇ ਆਏ ਸੀ। ਜਿਹੜੇ ਬੰਦੇ ਨਹੀਂ ਪਹੁੰਚਦੇ ਉਹਨਾਂ ਦੀ ਬੜੀ ਮਾੜੀ ਗੱਲ ਹੈ, ਪਹਿਲਵਾਨਾਂ ਲਈ ਵੀ ਇਹ। ਮੇਅਰ ਸਟੂਡੀਓ ਪੱਲੀ ਚ ਕੀ ਅੱਜ ਦਾ ਛਿੰਝ ਮੇਲਾ ਪੂਰੀ ਦੁਨੀਆਂ ਦੇ ਵਿੱਚ ਲਾਈਵ ਦਿਖਾ ਰਿਹਾ। ਉਧਰ ਨਿੰਮਾ ਸਾਊਂਡ ਕਾਮੇ ਵਾਲੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ, ਸਾਡੀ ਸਾਡੀ ਛੋਟੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਆ। ਸਾਰੇ ਟੈਂਟ ਵਾਲੇ ਪੀਰਾਂ ਦਾ ਵੱਡਾ ਧੰਨਵਾਦ ਹੈ। ਲਓ ਵੱਡੀਆਂ ਕੁਸ਼ਤੀਆਂ ਚੱਲ ਰਹੀਆਂ ਨੇ, ਦੋ ਕੁਸ਼ਤੀਆਂ ਟੌਪ ਦੀਆਂ ਨੇ। ਇਧਰਲੇ ਪਾਸੇ ਸੰਜੇ ਪਹਿਲਵਾਨ ਜੀ ਉੱਪਰਲੇ ਪਾਸੇ ਹੈ, ਰਈਏਵਾਲ ਵਾਲਾ ਬੀਨੇ ਪਹਿਲਵਾਨ ਜੀ ਦਿੱਲੀ ਥੱਲੜੇ ਪਾਸੇ ਹੈ। ਇਧਰਲੇ ਪਾਸੇ ਕੁਸ਼ਤੀ ਕਹਿੰਦੇ ਇੱਕ ਪਾਸੇ ਕਮਲਜੀਤ ਪਹਿਲਵਾਨ ਜੀ ਡੂਮਛੜੀ ਹੈ, ਨਾਲ ਭੋਲਾ ਪਹਿਲਵਾਨ ਜੀ ਕਾਸ਼ਨੀ ਖਾੜਾ ਧਲੇਤੇ ਦੇ ਦਰਮਿਆਨ ਕੁਸ਼ਤੀ ਹੈ। ਕਿ ਮਿਹਨਤਾਂ ਨਸਣ ਦੂਆ ਫੇਮ ਮਿਲਦੇ, ਤੁੱਕਿਆਂ ਨਾਲ ਕਦੋਂ ਕੋਈ ਸਟਾਰ ਬਣਦਾ, ਕਿਸੇ ਦੇ ਸਾਰੇ ਦੀ ਜੋ ਆਸ ਰੱਖਦਾ ਉਹ ਨਹੀਂ ਯਾਦ ਕਰੀ ਕਿਰਦਾਰ ਬਣਦਾ। ਕਾਲਜ ਤੇ ਪਾਉਂਦੇ ਨੇ ਝਰੀ ਟੱਪਣੇ, ਝਿੜਕੇ ਕੋਈ ਬਗਾਨਾ ਰੋਸਾ ਨਹੀਂ ਹੁੰਦਾ, ਖੱਚਰਾਂ ਦੀ ਰੇਸ ਦੀ ਉਮੀਦ ਨਹੀਂ ਹੁੰਦੀ ਤੇ ਬੱਦਲਾਂ ਦੀ ਛਾਂ ਦਾ ਭਰੋਸਾ ਨਹੀਂ ਹੁੰਦਾ। ਇਧਰਲੇ ਪਾਸੇ ਭੋਲਾ ਤੇ ਕਮਲ ਹੈ, ਦੋਨਾਂ ਮੱਲਾਂ ਲਈ ਤਾੜੀਆਂ ਮਾਰਦੇ ਬੜੇ ਟੌਪ ਦੀ ਕੁਸ਼ਤੀ ਚੱਲ ਰਹੀ ਹੈ। 2005 ਤੋਂ ਲੈ ਕੇ 2024 ਤੱਕ ਜ਼ਿੰਮੇਵਾਰੀ ਜਿਹੜੀ ਵੱਧ ਗਈ, ਦੁਨੀਆਂ ਦੇ ਚੋਟੀ ਦੇ ਮੱਲਾਂ ਦੇ ਜਿਹੜੇ ਦਰਸ਼ਨ ਹੋਏ ਇਸ ਨਗਰ ਦੇ ਵਿੱਚ। ਵਿਸ਼ਾਲ ਰੋਹਤਕ ਭੱਜ ਕੇ ਵਿੱਚ ਆਵੇ ਤੇ ਨਾਲ ਤਾਲ ਪਹਿਲਵਾਨ ਜੀ ਬਾਬਾ ਫਲਾਈ, ਇਹ ਵੱਡੀ ਕੁਸ਼ਤੀ ਹੋਣੀ ਆ ਜੀ। ਵਿਸ਼ਾਲ ਰੋਹਤਕ ਤਾਲ ਪਹਿਲਵਾਨ ਜੀ ਬਾਬਾ ਫਲਾਈ ਵਿੱਚ ਆਓ ਭੱਜ ਕੇ। ਬਹੁਤ ਬਹੁਤ ਧੰਨਵਾਦ, ਇੰਦਰ ਟੀਵੀ ਦਾ ਵੀ ਧੰਨਵਾਦ। ਤਾਲ ਪਹਿਲਵਾਨ ਜੀ ਬਾਬਾ ਫਲਾਈ ਵਿੱਚ ਆਓ, ਵਿਸ਼ਾਲ ਰੋਹਤਕ ਤਿਆਰੀ ਕਰੋ, ਤਿਆਰੀ ਕਰੋ। ਕਹਿ ਕੇ ਉਹਨੂੰ ਤੋਂ ਜਦੋਂ ਦੂਜੀ ਕੁਸ਼ਤੀ ਹੋ ਗਈ ਆ ਜਾਓ। ਸ਼ਾਬਾਸ਼ ਸ਼ਾਬਾਸ਼ ਬਾਈ ਮੱਲੇ ਸੰਜੂ, ਬਹੁਤ ਵਧੀਆ। ਇਸ ਵੇਲੇ ਬਿਨੇ ਦਿੱਲੀ ਦੋਨੋਂ ਮੱਲ ਚੋਟੀ ਦੇ ਗੱਭਰੂ ਆ, ਇਸ ਵੇਲੇ ਜਵਾਨੀ ਮੈਡਮ ਬਣੀ ਹੋਈ ਆ। ਗਰਮੀ ਤੋਂ ਪਹਿਲਾਂ ਪਹਿਲਾਂ ਕੁਸ਼ਤੀ ਮੁੱਕ ਜਾਵੇ ਤਾਂ ਫੈਸਲਾ ਹੁੰਦਾ ਆ।
ਨਹੀਂ ਤਾਂ ਫਿਰ ਲੱਸੀ 'ਚ ਮਧਾਣੀ ਫਿਰਦੀ ਆ, ਚਾਟੀ 'ਚ ਖਾਲੀ ਚੱਲਦੀ ਆ, ਫਿਰ ਤਾਂ ਕਦੀ ਉਹ ਖਿੱਚਦਾ। ਆਓ ਭੱਜ ਕੇ ਵਿੱਚ ਸੱਦਾਮ ਪਹਿਲਵਾਨ ਜੀ, ਛੋਟਾ ਸੱਦਾਮ ਹੁਸ਼ਿਆਰਪੁਰ ਦੇ ਸ਼ਹੀਦ ਦਿੱਲੀ ਵਿੱਚ ਆਓ ਅਗਲੀ ਗੱਤੀ ਵਾਲੇ ਮਿਲ ਲਓ। ਇੰਦਰ ਟੀਵੀ ਸਾਡੇ ਵੀ ਕੱਲ ਵੀ ਸੇਵਾ ਕੀਤੀ ਆ, ਬਹੁਤ ਬਹੁਤ ਧੰਨਵਾਦ ਆ। ਸਰਦਾਰ ਮੱਖਣ ਸਿੰਘ ਜੀ, ਸਰੋਤਾ ਸਾਹਿਬ, ਜੋਗਾ ਸਿੰਘ ਜੀ, ਚਾਲ ਸਾਹਿਬ ਪੁੱਜਿਆ ਮੇਰੇ ਨਗਰ ਦੀਆਂ ਸ਼ਖਸੀਅਤਾਂ ਨੇ, ਧੰਨਵਾਦ ਹੈ, ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ। ਵੱਡਾ ਦੰਗਲ ਬੈਂਸਾਂ ਦੀ ਧਰਤੀ, ਇਧਰਲੇ ਪਾਸੇ ਭੋਲਾ ਤੇ ਕਮਲ ਆ, ਇਧਰਲੇ ਪਾਸੇ ਸੰਜੇ ਪਹਿਲਵਾਨ ਜੀ ਉੱਪਰਲੇ ਪਾਸੇ ਆ, ਤੇ ਨਾਲ ਬੀਨਾ ਪਹਿਲਵਾਨ ਜੀ ਦਿੱਲੀ ਥੱਲੜੇ ਪਾਸੇ ਕੁਸ਼ਤੀ ਟਾਪ ਦੀ ਆ, ਆਸ਼ੀਸ਼ ਪਹਿਲਵਾਨ ਜੀ ਦਿੱਲੀ, ਤੇ ਨਾਲ ਬੇਨਤੀ ਆ ਵੀ ਦੂਸਰੇ ਪਾਸੇ ਛੋਟਾ ਸੱਦਾਮ ਹੁਸ਼ਿਆਰਪੁਰ। ਬਹੁਤ ਬਹੁਤ ਸਤਿਕਾਰ ਨੇਕਾ ਜੀ, ਮੈਰੀਪੁਰ ਇੰਗਲੈਂਡ ਤੋਂ ਵੱਡੀਆਂ ਸ਼ਖਸੀਅਤਾਂ ਪੁੱਜੀਆਂ ਨੇ, ਦੇਵ ਖੇੜਾ ਜੀ ਕਬੱਡੀ ਖਿਡਾਰੀ, ਰਣਤੇਜ ਸਿੰਘ ਜੀ ਧੀਰਾ ਕਬੱਡੀ ਖਿਡਾਰੀ, ਜਗਦੀਪ ਸਿੰਘ ਜੀ ਬੰਝ, ਬਲਵਿੰਦਰ ਸਿੰਘ ਜੀ ਚੱਠਾ ਜੂਕੇ, ਸੁਰਜੀਤ ਸਿੰਘ ਜੀ ਸਰਪੰਚ ਸਾਹਿਬ ਕਬੱਡੀ ਖਿਡਾਰੀ, ਲਹਿੰਬਰ ਸਿੰਘ ਜੀ ਪਹਿਲਵਾਨ, ਕੁਲਵੰਤ ਸਿੰਘ ਜੀ ਵੇਟ ਲਿਫਟਰ, ਤੇ 18 ਤਰੀਕ ਲਈ ਸੱਦੇ ਪੱਧਰ ਦਿੰਦੇ ਵੀ ਗੁਆਂਢੀ ਪਿੰਡ ਹੈ ਸ਼ੰਕਰ ਦੇ ਵਿੱਚ ਬਹੁਤ ਵੱਡਾ ਦੰਗਲ ਹੋਣ ਜਾ ਰਿਹਾ ਹੈ, ਤੇ ਇੱਕ 18 ਤਰੀਕ ਕੋਲ ਚਾਲ ਖੁਰਦ ਪਿੰਡ ਹੈ ਨੇੜੇ ਖੜਕੜਕਾਂ ਦੇ ਲਾਗੇ, ਬਹੁਤ ਵੱਡਾ ਦੰਗਲ ਇਲਾਕੇ ਦੇ ਦੰਗਲ ਨੇ, ਇਹ ਜ਼ਿੰਮੇਵਾਰੀਆਂ ਵੱਡੀਆਂ ਹੋਣਗੀਆਂ, ਪਰ ਅੱਜ ਦਾ ਵੱਡਾ ਦੰਗਲ ਚੱਲ ਰਿਹਾ। 9 ਤਰੀਕ ਗੜੀ ਮਾਨ ਸਿੰਘ ਦਾ ਦੰਗਲ ਅੱਪਰੇ ਦੇ ਲਾਗੇ, ਅੱਜ ਦੀ ਕਹਿੰਦੇ ਵੱਡੀਆਂ ਕੁਸ਼ਤੀਆਂ ਦੋ ਚੱਲ ਰਹੀਆਂ ਨੇ। ਮੈਂ ਬੇਨਤੀ ਕਰਾਂ ਵੀ ਛੋਟਾ ਸੱਦਾਮ ਭੱਜ ਕੇ ਵਿੱਚ ਆਵੇ, ਆਸ਼ੀਸ਼ ਦਿੱਲੀ, ਆਸ਼ੀਸ਼ ਪਹਿਲਵਾਨ ਜੀ ਦਿੱਲੀ ਹੱਥਗੜਾ ਕਰੇ, ਛੋਟਾ ਸੱਦਾਮ ਹੁਸ਼ਿਆਰਪੁਰ ਵਿੱਚ ਆਓ, ਛੋਟਾ ਸੱਦਾਮ ਹੁਸ਼ਿਆਰਪੁਰ, ਛੋਟਾ ਸੱਦਾਮ ਹੁਸ਼ਿਆਰਪੁਰ, ਛੇਤੀ ਤੋਂ ਛੇਤੀ ਪਹੁੰਚੋ ਯਾਰ, ਅੱਗੇ ਤੁਸੀਂ ਕਹਿੰਦੇ 10 ਮਿੰਟ ਦੇ ਦਿਓ ਸਾਨੂੰ, ਕਿੰਨੀ ਸੰਗਤ ਤੁਹਾਡੇ ਲਈ ਦੇਖ ਲਓ, ਖੜੀ ਆ ਭਾਗਾਂ ਵਾਲੇ ਆ ਤੁਸੀਂ, ਜਿਉਂਦੇ ਮਾਰਦੇ ਰਹੋ ਸੱਜਣੋ, ਸੁਰਮੂ ਭੇਜੀ ਯਾਰ ਮੱਲ ਨੂੰ, ਵੱਡਿਆਂ ਮੱਲਾਂ ਦੇ ਦਰਸ਼ਨ ਆ, ਸਾਡਾ ਨਗਰ ਤੇ ਇਹਨਾਂ ਨੂੰ ਰੱਬ ਵਾਂਗੂ ਮੰਨਦਾ ਆ, ਤਿੰਨ ਤਿੰਨ ਦਿਨ ਅੱਗੇ ਰਹਿੰਦੇ ਹੁਣ ਤਾਂ ਮੇਲਿਆਂ ਦੇ ਸ਼ਕਲਾਂ ਬਦਲ ਗਈਆਂ, ਸਾਡੇ ਸ਼ੁੱਕਰਵਾਰ ਦੀ ਸ਼ਾਮ ਜਾਂ ਸ਼ਨੀਵਾਰ ਸਵੇਰੇ ਪਹਿਲਵਾਨ ਆ ਜਾਂਦੇ ਸੀ ਪਿੰਡ ਵਿੱਚ ਘੁਲਣਾ, ਉਹ ਤੋਂ ਬਾਅਦ ਦੂਜੇ ਦਿਨ ਛਿੰਝ ਘੁਲਣੀ, ਤੀਜੇ ਦਿਨ ਪੈਸੇ ਦਿੰਦੇ ਹੁੰਦੇ ਸੀ ਬਜ਼ੁਰਗ ਸਾਡੇ, ਤਿੰਨ ਦਿਨ ਮੱਲ ਰਹਿੰਦੇ ਹੁੰਦੇ ਸੀ, ਜਿਹਦੇ ਘਰ ਮਰਜ਼ੀ ਬੈਠ ਜਾਣ, ਜਾ ਕੇ ਘਰ ਮਗਲੇ ਦੇ ਆਪਣਾ ਨਿਆਣੇ ਥੱਲੇ ਸੌਣ ਜਾਂ ਉੱਤੇ ਸੌਣ, ਮੱਲ ਨੂੰ ਮੰਜਾ ਜ਼ਰੂਰ ਦਿੰਦੇ ਸੀ। ਸੋ ਬੜੀ ਕਿਰਪਾ ਹੈ ਤੁਹਾਡੀ ਸਾਡੇ 'ਤੇ, ਸਾਰਿਆਂ ਮੱਲਾਂ ਦਾ ਦੇਣ ਨਹੀਂ ਦੇ ਸਕਦੇ, ਲੇਕਿਨ ਥੋੜ੍ਹਾ ਜਿਹਾ ਸਮਾਂ ਵੀ ਸਾਡੇ ਨਾਲ ਸਹਾਇਤਾ ਦਿਆ ਕਰੋ, ਬੰਦਿਆਂ ਦੀ ਬਹੁਤ ਸ਼ੋਰਟ ਪੈ ਗਈ ਸਾਡੇ, ਤੁਹਾਨੂੰ ਮੈਂ ਦੱਸਿਆ ਵੀ ਇੱਕ ਦੋ ਸਾਲਾਂ ਦੇ ਵਿੱਚ ਸਾਡੇ ਵਿੱਚੋਂ 6 ਬੰਦੇ ਚਲ ਗਏ ਜਿਹੜੇ ਪੱਕੇ ਸਾਡੇ ਮੋਹਤਪਾਰ ਸੀ, ਮੱਖਣ ਸਿੰਘ, ਸਰਦਾਰ ਪਾਲਾ ਸਿੰਘ, ਦਲਾਵਰ ਸਿੰਘ, ਧਨਵੰਤ ਸਿੰਘ, ਅਤੇ ਇੱਧਰ ਸਰ ਗੁਰਦਿਆਲ ਸਿੰਘ ਅਤੇ ਸ਼ੰਕਰ ਸਿੰਘ। ਸੋ ਸਾਰੇ ਸੱਜਣ ਧੋਖਾ ਦੇ ਕੇ ਚਲ ਗਏ, ਆ ਤੇਰੇ ਸਦਕੇ ਸੋਹਣਿਆ, ਹਾਂ ਤਾੜੀਆਂ ਮਾਰਦੇ ਜੋਰ ਦੇ ਨਾਲ ਪਹਿਲਵਾਨਾਂ ਦੇ ਲਈ, ਇਧਰਲੇ ਪਾਸੇ ਵੱਡਾ ਜਿੱਤ ਚੱਲਦਾ ਹੈ, ਲਓ ਸੰਜੇ ਉੱਪਰਲੇ ਪਾਸੇ ਹਰਿਆਣੇ ਵਾਲਾ ਖੜਾ, ਰਈਏਵਾਲ ਦੇ ਨਾਲ ਬੀਨਾ ਪਹਿਲਵਾਨ ਜੀ ਦਿੱਲੀ, ਬਹੁਤ ਵਧੀਆ ਮੈਂ ਕੈਮਰਾ ਫੋਕਸ ਰੱਖੀ ਆ ਤੁਹਾਡੀਆਂ, ਇੱਕ ਬੰਦਿਆਂ ਦਾ ਵਧੀਆ ਚੱਲਦਾ ਇੱਕ ਘੱਟ ਚੱਲਦਾ, ਇਹ ਨਹੀਂ ਮਤਲਬ ਪਤਾ ਕਿਹੜਾ ਆ ਬਈ। ਆਸ਼ੀਸ਼ ਮਾਮੂਪੁਰ ਖੜਾ, ਜਿੱਥੇ ਸੰਤ ਪਹਿਲਵਾਨ ਜੀ ਮਾਮੂਪੁਰੀ ਉਸ ਖੜੇ ਨੂੰ ਚਲਾਉਂਦਾ, ਆਸ਼ੀਸ਼ ਝੱਜਰ ਖੜਾ ਮਾਮੂਪੁਰ ਭੱਜ ਕੇ ਵਿੱਚ ਆ ਗਿਆ, ਤੇ ਛੋਟਾ ਸੱਦਾਮ ਹੁਸ਼ਿਆਰਪੁਰ ਵਿੱਚ ਆਵੇ ਮੇਰਾ ਵੀਰ ਜਲਦੀ ਦੇ ਨਾਲ, ਮੇਰ ਸਟੂਡੀਓ ਮੇਰ ਲਾਈਵ ਚੱਲਦਾ, ਮੇਰ ਲਾਈਵ ਹੀ ਆ ਲਿੰਕ ਦਾ ਮੇਰ ਲਾਈਵ, ਕਮਲਜੀਤ ਸਿੰਘ ਇੱਥੇ ਆ ਜਾ ਪੁੱਤੋ, ਇਹਨੂੰ ਚਾਹੀਦੇ ਆ ਫੇਰ ਵੀ ਇੱਥੇ ਆ ਜਾ ਕਮਲਜੀਤ, ਵੀ ਛੋਟਾ ਸੱਦਾਮ ਹੁਸ਼ਿਆਰਪੁਰ ਭੱਜ ਕੇ ਵਿੱਚ ਆਵੇ, ਕਿਹੜਾ ਕਰੋ ਆ ਤੁਸੀਂ ਭੋਲੇ, ਤੁਸੀਂ ਦੋਵੇਂ ਭੱਲੇ ਮਾਰ ਚ ਪਹਿਲਵਾਨ ਨੇ ਇੱਦਾਂ।
ਕੋਈ ਨੀ ਕੋਈ ਨੀ ਕੋਈ ਨਹੀਂ ਨਹੀਂ ਕੋਈ ਜਾਣ ਕੇ ਨੀ ਮਾਰਿਆ ਉਹਨੇ ਨਾ ਤੂੰ ਤਾਂ ਕੰਗਣਾ ਰਣੌਤ ਸਿੰਘ ਲੜਨੇ ਲੱਗ ਪਿਆ ਸਾਡੇ ਨਾਲ ਚਪੇੜ ਮਾਰੀ ਕਹਿੰਦਾ ਮੇਰੇ ਕੰਗਣਾ ਰਣੌਤ ਵੀਰਦੇ ਲੜ ਪਏ ਸੀ ਕੁੜੀ ਨਾਲ ਉਹਦੇ ਨਾਲ ਉਹ ਲਾ ਮਾਰਿਆ ਨੀ ਉਹਨੇ ਉੱਗੇ ਲੱਗ ਗਈ ਲੈ ਕਾਹ ਯਾਰ ਏਦਾਂ ਕੁੱਟਣਾ ਤੂੰ ਬਈ ਬੇਨਤੀ ਆ ਵਿਸ਼ਾਲ ਮਨ ਨੂੰ ਬੇਨਤੀ ਆ ਵੀ ਭੱਜ ਕੇ ਵਿੱਚ ਆਵੇ ਤੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਵਿੱਚ ਆਓ ਉਧਰ ਵੀ ਕੰਮ ਵੱਧ ਗਿਆ ਹੁਣ ਬਈ ਉਹ ਬੱਲੇ ਤੇਰੇ ਸੱਦ ਕੇ ਆ ਤਾੜੀਆਂ ਮਾਰਦੇ ਜ਼ੋਰਦਾਰ ਕੁਸ਼ਤੀ ਦੇ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਉੱਪਰਲੇ ਪਾਸੇ ਸੰਦੇ ਪਹਿਲਵਾਨ ਆ ਥੱਲੇ ਪਾਸੇ ਬੀਨਾ ਦਿੱਲੀ ਦੋਨਾਂ ਮੱਲਾਂ ਦੇ ਦਰਮਿਆਨ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਵਿਸ਼ਾਲ ਪਹਿਲਵਾਨ ਜੀ ਕਰਮਵੀਰ ਭੇਜੋ ਵਿੱਚ ਆਓ ਜਲਦੀ ਨਾਲ ਤੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਬਈ ਛੋਟਾ ਸਦਾਮ ਇੰਨਾ ਚਿਰ ਕਿਉਂ ਲਾ ਰਿਹਾ ਪ੍ਰਾਂਜੀ ਭੱਜ ਕੇ ਵਿੱਚ ਆਓ ਸਾਡੇ ਕੋਲ ਵਕਤ ਹੈ ਨਹੀਂ ਮੈਂ ਬੇਨਤੀ ਕਰਾਂ ਬਈ ਇਹਨਾਂ ਉਹ ਇਹਨਾਂ ਦੀ ਲੰਬੜਾਂ ਨੇ ਬਲਵੰਤ ਸਰਦਾਰ ਤਰਸੇਮ ਸਿੰਘ ਦੇ ਨਹੀਂ ਲਾ ਲਿਖਿਆ ਨਹੀਂ ਉਹ ਹੀ ਨਹੀਂ ਹੈ ਉਹ ਕਿਰਪਾਲ ਆਹ ਹੋਈ ਆਪਾਂ ਸਵਰਗ ਬਸੀ ਵਾਲੀ ਹੋਈ ਆ ਆਹ ਜਿਹੜਾ ਥੱਲੇ ਨਹੀਂ ਤਰਸੇਮ ਸਿੰਘ ਤਰਸੇਮ ਸਿੰਘ ਪਰਦਾ ਉਹ ਆਹੀ ਆ ਤਾਂ ਲਾ ਛੋਟਾ ਸਰਦਾਮ ਹੁਸ਼ਿਆਰਪੁਰੀਆ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਸਤਿਕਾਰ ਕੀਤਾ ਜਾ ਰਿਹਾ ਉਹ ਸ਼ੀਸ਼ ਆ ਜਾ ਪੁੱਤੋ ਇਹ ਫੋਟੋ ਕਰਾਉਣੀ ਆ ਨਹੀਂ ਨਹੀਂ ਹੋਈ ਨਹੀਂ ਮੈਨੂੰ ਪਤਾ ਨਾ ਉਹ ਅੱਗੇ ਉਹਨਾਂ ਦੀ ਗੁਰਪਾਲ ਉਹਨਾਂ ਦੀ ਹੋਈ ਆ ਜਾਓ ਉਹ ਆ ਜਾ ਪੁੱਤੋ ਗੁਰਦਿਆਲ ਸਿੰਘ ਦਾ ਸਵਰਗਵਾਸੀ ਤਰਸੇਮ ਸਿੰਘ ਜੀ ਲੰਬੜਦਾਰ ਸਾਹਿਬ ਅਤੇ ਸਵਰਗਵਾਸੀ ਗੁਰਦਿਆਲ ਸਿੰਘ ਜੀ ਲੰਬੜਦਾਰ ਸਾਹਿਬ ਤਰਸੇਮ ਸਿੰਘ ਇੱਕ ਮਿੰਟ ਯਾਰ ਤੁਹਾਨੂੰ ਨਹੀਂ ਪਤਾ ਤਰਸੇਮ ਸਿੰਘ ਦੋਨੇ ਸਵਰਗਵਾਸੀ ਗੁਰਦਿਆਲ ਸਿੰਘ ਇਹ ਉਹਨਾਂ ਦੇ ਲੜਕੇ ਆ ਮੇਰੇ ਕੋਲ ਬਿੱਲਾ ਭਾਜੀ ਇਹ ਅਮੈਰੀਕਾ ਤੋਂ ਆਏ ਆ ਉਹ ਦੋਏ ਵੀ ਨਹੀਂ ਹੈ ਨਹੀਂ ਨਹੀਂ ਆ ਜਾ ਪੁੱਤੋ ਸਦਾਮ ਹੁਸ਼ਿਆਰਪੁਰ ਇੱਥੇ ਕਾ ਪੁੱਤੋ ਆ ਜਾ ਆ ਜਾ ਪੁੱਤੋ ਆ ਜਾ ਬਿੱਲ ਗੱਬੇ ਹੋਵੋ ਮੇਰੇ ਪੁੱਤ ਇਹ ਸਤਨਾਮ ਦਾ ਮੁੰਡਾ ਵੱਡਾ ਮੁੰਡਾ ਸਤਨਾਮ ਦਾ ਸਾਡੇ ਦਾ ਉਹ ਵੀ ਅੱਜ ਅੱਜ ਕੋਈ ਇੱਕ ਪਰਿਵਾਰ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਦੱਸਿਆ ਤਿੰਨ ਮੌਤਾਂ ਹੋ ਗਈਆਂ ਪਹਿਲਾਂ ਸਦਾਮ ਸਿੰਘ ਉਹਨਾਂ ਦੇ ਲੜ ਕੇ ਆਏ ਅਮੈਰੀਕਾ ਤੋਂ ਇਹ ਵਿਚਾਰੇ ਉਹ ਕੱਟਣ ਦੇ ਵਿੱਚ ਫਸ ਗਿਆ ਸੀ ਵਿਚਾਰਾ ਸਰਦਾਰ ਗੁਰਦਿਆਲ ਸਿੰਘ ਇਹਨਾਂ ਕੋਲ ਫੜਾ ਦੇ ਨਿਆਣਿਆਂ ਕੋਲ ਸਦਾਮ ਭਾਜੀ ਸਦਾਮ ਇੱਥੇ ਉਹ ਯਾਰ ਉੱਧਰ ਵੀ ਸੱਜਣ ਬਹੁਤ ਬੈਠੇ ਚੱਲ ਆ ਜਾ ਉਹ ਦੂਜੀ ਉੱਥੇ ਕਰਾਉਂਦੇ ਆ ਸਦਾਮ ਇੱਥੇ ਆ ਜਾ ਪੁੱਤੋ ਇੱਧਰ ਵੀ ਯਾਰ ਬਹੁਤ ਸੰਗਤ ਬੈਠੀ ਆ ਚੱਲ ਲੱਗੋ ਤੁਸੀਂ ਕੋਈ ਨੇੜਿਆ ਅਮਰੀਕ ਉਹ ਇੱਕ ਮਿੰਟ ਇੱਕ ਇੱਕ ਮਿੰਟ ਅਮਰੀਕ ਕਿੱਧਰ ਹੈ ਅਮਰੀਕ ਅਮਰੀਕ ਕਿੱਥੇ ਆ ਯਾਰ ਆਹ ਕੁਸ਼ਤੀ ਤਾਂ ਕਰਾਓ ਆ ਜਾ ਕੁਸ਼ਤੀ ਤਾਂ ਕਰਾ ਅੱਛਾ ਤੂੰ ਉਹ ਕਰਾਉਣ ਬਿੱਲੇ ਨੂੰ ਦੇ ਟਾਈਮ ਆਹ ਕਰਾ ਮੁੰਡਿਆਂ ਦੀ ਕੁਸ਼ਤੀ ਉਹ ਯਾਰ ਕਿੰਨਾ ਉਹ ਕੋਈ ਨੀ ਨਿੰਦਰ ਬਹਿ ਜਾ ਤੂੰ ਇੱਧਰ ਵੀ ਯਾਰ ਸੰਗਤ ਬਹੁਤ ਰੌਲਾ ਪਾਉਂਦੀ ਲੈ ਵੀ ਛੋਟਾ ਸਰਦਾਮ ਹੁਸ਼ਿਆਰਪੁਰੀਆ ਇੱਕ ਵਾਰ ਅਤਕੜਾ ਕਰੇ ਤਾੜੀਆਂ ਮਾਰਦੇ ਜ਼ੋਰਦਾਰ ਮਾਰਦੇ ਜੀ ਲਾਲ ਰੰਗ ਦੀ ਕੈਂਚ ਹੈ ਆਸ਼ੀਸ਼ ਝੱਜਰ ਮਾਮੂ ਭਖੜਾ ਮੱਲ ਨੀਲੇ ਰੰਗ ਦੀ ਕੈਂਚ ਹੈ ਔਰ ਸਾਡੇ
ਲਗੋਵੇ ਮੇਰਾ ਪੁੱਤ ਛੋਟਾ ਸਦਾਮ ਹੁਸ਼ਿਆਰਪੁਰ ਅੱਜ ਕੱਲ੍ਹ ਚੁੱਕਤੀ ਬੋਲਦੀ ਗੱਭਰੂ ਦੀ ਵੱਡੀਆਂ ਪੁਛਦੀਆਂ 1,20,000 ਰੁਪਈਆ ਠੀਕਰੀਆਂ ਵੀ ਨਹੀਂ ਇਕੱਠੀਆਂ ਹੁੰਦੀਆਂ ਤਾਂ ਬਾਹਰਲੇ ਲੋਕ ਜਿਉਂਦੇ ਬਾਹਰਦੇ ਰਹਿਣ ਸਾਡੇ ਇੰਗਲੈਂਡ ਕਨੇਡਾ ਵਾਲੇ ਹਾਂ ਉਹ ਤੋਂ ਬਾਅਦ ਟਾਈਮ 20 ਮਿੰਟ ਤੋਂ ਬਾਅਦ ਫਿਰ ਤੁਹਾਨੂੰ ਫੈਸਲਾ ਦਿੱਤਾ ਜਾਊਗਾ ਨੰਬਰ ਬੁਲਾਉਣਾ ਪੈਣਾ ਤੁਹਾਨੂੰ ਰਾਜਕੁਮਾਰ ਭਾਜੀ ਤੁਸੀਂ ਮਰ ਜੇ ਨਿਗਾਹ ਰੱਖਿਓ ਕੁਸ਼ਤੀ ਤੇ ਲਓ ਸਾਹਮਣੇ ਕਹਿੰਦੇ 3 ਕੁਸ਼ਤੀਆਂ ਚੱਲਦੀਆਂ ਇਧਰਲੇ ਪਾਸੇ ਸੰਜੇ ਰਈਵਾਲ ਤੇ ਬੀਨਾ ਦਿੱਲੀ ਸੰਜੇ ਦੂਸਰੇ ਪਾਸੇ ਮੱਲ ਕਹਿੰਦੇ ਇਸ ਵੇਲੇ ਅਸ਼ੀਸ਼ ਝੱਜਰ ਅਖਾੜਾ ਮਾਮੂਪੁਰ ਦੇ ਦਰਮਿਆਨ ਵੱਡੀ ਕੁਸ਼ਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਵਿਸ਼ਾਲ ਪਹਿਲਵਾਨ ਜੀ ਰੋਹਤਕ ਦੇ ਨਾਲ ਤਲ ਪਹਿਲਵਾਨ ਜੀ ਬਾਬਾ ਫਲਾਈ ਵਿੱਚ ਆਓ ਹਨ ਤਾਂ ਨਹੀਂ ਡਰੀਦਾ ਹੁੰਦਾ ਵੱਡਾ ਮਾਲਿਆ ਤੂੰ ਕਿਤੇ ਮਾੜੇ ਮੋਟੇ ਤੋਂ ਹਰਿਆ ਬਈ ਬੇਨਤੀ ਆ ਜਿਹੜੀਆਂ ਕੁਸ਼ਤੀਆਂ ਸਾਡੇ ਕੋਲ 2 ਬਾਕੀ ਨੇ ਉਹਨਾਂ ਤੋਂ ਬਾਅਦ ਬਈ ਇਹ ਪੁਆਇੰਟ ਤੇ ਕੁਸ਼ਤੀ ਆ ਦੱਸਿਓ ਮੈਨੂੰ ਨਹੀਂ ਨਹੀਂ ਹਜੇ ਪੁਆਇੰਟ ਤੇ ਠੀਕ ਹੈ ਪੁਆਇੰਟ ਤੇ ਕੁਸ਼ਤੀ ਇੱਕ ਪਾਸੇ ਭੋਲਾ ਕਾਸ਼ਨੀ ਕਾੜਾ ਧਲੇਤਾ ਮਹਿੰਦਰ ਗਾਇਕਵਾੜ ਤੇ ਗੌਰਵ ਮਾਛੀਵਾੜਾ ਅੱਜ ਦੇ ਛਿੰਝ ਮੇਲੇ ਚ ਅੰਦਰ ਟੀਵੀ ਦੇ ਰਾਹੀਂ ਅੱਜ ਦਾ ਛਿੰਝ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਆ ਬਹੁਤ ਵੱਡਾ ਸਤਿਕਾਰ ਹੈ ਕੁਸ਼ਤੀਆਂ 2 ਵੱਡੀਆਂ ਚੱਲ ਰਹੀਆਂ ਨੇ ਮੈਂ ਬੇਨਤੀ ਕਰਾਂ ਵੀ ਭੱਜ ਕੇ ਵਿੱਚ ਆਵੇ ਤਲ ਪਹਿਲਵਾਨ ਜੀ ਬਾਬਾ ਫਲਾਈ ਤੇ ਦੂਸਰੇ ਪਾਸੇ ਵਿਸ਼ਾਲ ਪਹਿਲਵਾਨ ਜੀ ਰੋਹਤਕ ਵਿੱਚ ਆਵੇ ਖਾੜਾ ਬਿਰੜਵਾਲ ਪੰਮੇ ਬਾਈ ਭੇਜੋ ਜਲਦੀ ਨਾਲ ਮੰਨ ਲਓ ਮਹਿੰਦਰ ਯਾਰ ਗਾਇਕਵਾੜ ਦਾ ਦੂਜਾ ਮੈਂ ਬੇਨਤੀ ਕਰਾਂ ਗੌਰਵ ਪਹਿਲਵਾਨ ਜੀ ਮਾਛੀਵਾੜਾ ਮਹਿੰਦਰ ਪਹਿਲਵਾਨ ਜੀ ਗਾਇਕਵਾੜ ਖਾੜਾ ਧਲੇਤਾ ਵਿੱਚ ਆਓ ਅੱਜ ਦੀਆਂ ਵੱਡੀਆਂ ਕੁਸ਼ਤੀਆਂ ਦੀ ਜਿਹੜੀ ਜ਼ਿੰਮੇਵਾਰੀ ਸ਼ੁਰੂ ਹੋਣ ਲੱਗੀ ਹੈ ਧੰਨਵਾਦ ਕੀਤਾ ਜਾ ਰਿਹਾ ਜਿੰਨੀਆਂ ਵੀ ਸ਼ਖਸੀਅਤਾਂ ਜਿਹੜੀਆਂ ਸਾਡੇ ਦਰਮਿਆਨ ਪੁੱਜੀਆਂ ਨੇ ਮਾਂ ਖੇਡ ਕਬੱਡੀ ਦੇ ਨਾਲ ਜੁੜੀਆਂ ਹੋਈਆਂ ਨੇ ਪਹਿਲਵਾਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਧੰਨਵਾਦ ਹੈ ਦੁਨੀਆਂ ਦੇ ਵੱਡੇ ਮਾਲ ਮੈਂ ਬੇਨਤੀ ਕਰਾਂ ਭੱਜ ਕੇ ਵਿੱਚ ਆਵੇ ਤਲ ਪਹਿਲਵਾਨ ਜੀ ਬਾਬਾ ਫਲਾਈ ਤੇ ਦੂਸਰੇ ਪਾਸੇ ਵਿਸ਼ਾਲ ਪਹਿਲਵਾਨ ਜੀ ਰੋਹਤਕ ਅਖਾੜਾ ਬਿਰੜਵਾਲ ਕਰਮੇ ਬਾਈ ਭੇਜੋ ਜਲਦੀ ਨਾਲ ਮੰਨ ਨੂੰ ਆਪਾਂ ਵੱਡੀਆਂ ਕੁਸ਼ਤੀਆਂ ਦੇ ਨਾਲ ਜੁੜਨਾ ਹੈ ਇਹ ਛੋਟਾ ਸੱਦਾਮ ਹੁਸ਼ਿਆਰਪੁਰ ਦੇ ਨਾਲ ਦੂਸਰੇ ਪਾਸੇ ਸਾਹਮਣੇ ਦੇਖਾਂਗੇ ਆਸ਼ੀਸ਼ ਝੱਜਰ ਅਖਾੜਾ ਮਾਮੂਪੁਰ ਦੇ ਦਰਮਿਆਨ ਵੱਡੀ ਕੁਸ਼ਤੀ ਹੈ 2 ਕੁਸ਼ਤੀਆਂ ਕਾਢੇ ਚੱਲ ਰਹੀਆਂ ਨੇ ਇੱਧਰ ਢੋਲਾ ਧਲੇਤੇ ਦੀ ਕੁਸ਼ਤੀ ਤੇ ਕਮਲਜੀਤ ਪਹਿਲਵਾਨ ਦੀ ਕੁਸ਼ਤੀ ਪੁਆਇੰਟ ਦੇ ਆਧਾਰ ਤੇ ਚੱਲ ਰਹੀ ਹੈ ਦੋਨਾਂ ਮੱਲਾਂ ਦੇ ਦਰਮਿਆਨ ਕੇ ਦੇ ਸਕਦਾ ਤਾਂ ਦੇ ਦਿਓ ਪਿੱਪਲਾਂ ਵਾਲੀ ਛਾਂ ਤੂਤਾਂ ਵਾਲੇ ਖੂਹ ਦੇ ਦਿਓ ਲੋਹਰੀਆਂ ਦਿੰਦੀ ਮਾਂ ਟਿੱਪ ਟਿੱਪ ਨੈਣਾ ਚੋਂ ਬਹਿੰਦਾ ਖਾਬ ਮੈਨੂੰ ਦੇ ਦੇ ਰੱਬਾ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਮੈਨੂੰ ਪਹਿਲਾਂ ਵਾਂਗ ਨਨਕਾਣਾ ਦੇ ਦੇ ਪੰਜਾ ਸਾਹਿਬ ਮੇਰਾ ਜੇ ਦੇਣ ਲੱਗਾ ਤਾਂ ਖੁੱਲ ਕੇ ਦੇਈ ਕਰ ਵੱਡਾ ਜਿਹੜਾ ਜਿਹਨਾਂ ਕਰਕੇ ਨਾਮ ਪੰਜਾਬ ਪਿਆ ਪੰਜ ਆਪ ਮੈਨੂੰ ਦੇ ਦੇ ਰੱਬਾ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਮਹਿੰਦਰ ਬਾਜੀ ਆ ਜਾਓ ਯਾਰ ਮਹਿੰਦਰ ਗਾਇਕਵਾੜ ਤੇ ਗੌਰਵ ਮਾਛੀਵਾੜਾ ਟਲਵ ਫਲਾਈ ਟਲਵਨਾ ਮੱਲ ਹੈ ਜੀ ਵਿਸ਼ਾਲ ਪਹਿਲਵਾਨ ਜੀ ਰੋਹਤਕ ਚਾਰੇ ਪਹਿਲਵਾਨ ਐਂਟਰ ਕਰੋ ਯਾਰ ਇੰਨਾ ਟਾਈਮ ਨਾ ਲਾਓ ਸਮਾਂ ਬਹੁਤ ਅਸੀਂ ਇਸ ਵੇਲੇ ਸਾਡੀ ਸਮਾਪਤੀ ਹੁੰਦੀ ਹੈ ਹਰੇਕ ਸਾਲ ਚਾਰੇ ਪਹਿਲਵਾਨ ਮੇਰੀ ਬੇਨਤੀ ਛੇਤੀ ਤੋਂ ਛੇਤੀ ਐਂਟਰ ਕਰ ਜਾਓ ਚਾਰੇ ਪਹਿਲਵਾਨ ਜੇ ਮਹਿੰਦਰ ਤਿਆਰ ਆ ਤਾਂ ਉੱਧਰ ਗੌਰਵ ਮਾਛੀਵਾੜਾ ਛੇਤੀ ਕਰ ਯਾਰ ਕਿੱਥੇ ਮਾਛੀਵਾੜੇ ਵਾਲ ਬੈਠੇ ਕਿੱਥੇ ਏਦਾਂ ਨਾ ਕਰਿਆ ਕਰੋ ਯਾਰ ਬਹੁਤ ਦੇਰ ਦਾ ਤੁਹਾਨੂੰ ਅਸੀਂ ਦੁਆ ਕੀਤਾ ਆ ਗੌਰਵ ਆ ਜਾ ਯਾਰ ਛੇਤੀ ਕਰ ਮੇਰਾ ਸੋਹਣਾ ਆ ਜਾ ਮੇਰਾ
ਮਹਿੰਦਰ ਗਾਇਕਵਾੜ ਤੇ ਗੌਰਵ ਮਾਛੀਵਾੜਾ। ਆ ਜਾਓ ਪਹਿਲਵਾਨ ਭਰਾਵਾਂ ਨੂੰ ਬੇਨਤੀ ਹੈ ਵੀ ਭੱਜ ਕੇ ਵਿੱਚ ਆ ਜਾਈਏ, ਇਧਰਲੇ ਪਾਸੇ ਵੱਡੀਆਂ ਕੁਸ਼ਤੀਆਂ ਦੀ ਸ਼ੁਰੂਆਤ ਤਲਬ ਵਿੱਚ ਆਵੇ ਜੀ। ਜਾ ਜਾ ਇੱਕ ਵਾਰੀ ਸਾਡੇ ਕੋਲ, ਦਿੱਲੀ ਤੋਂ ਪਹਿਲਵਾਨ ਆਇਆ ਸੀ, ਉਹ ਬਿਮਾਰ ਹੋ ਗਿਆ, ਖੜੇ ਬਾਹਰ ਜਾ ਕੇ ਇਹਨੂੰ ਵਿਚਾਰੇ ਨੂੰ ਲੈ ਕੇ ਆਏ, ਇਹਨੇ ਸਾਨੂੰ ਜਵਾਬ ਨਹੀਂ ਦਿੱਤਾ, ਉਸ ਵੇਲੇ ਗੱਡੀ 'ਚ ਬਹਿ ਗਿਆ। ਗੌਰਵ ਮਾਛੀਵਾੜਾ ਬਹੁਤ ਠੰਡਾ ਪਹਿਲਵਾਨ ਸੀ, ਵੱਡਿਆਂ ਮੱਲਾਂ ਦੇ ਵਿੱਚ ਅੱਜ ਨਾਮ ਬਣਿਆ, ਥੋੜ੍ਹਾ ਪਹਿਲਾਂ ਢਿੱਲਾ ਜ਼ਰੂਰ ਸੀ ਲੇਕਿਨ ਅੱਜ ਨਾਮ ਵੱਡਿਆਂ ਮੱਲਾਂ ਦੇ ਵਿੱਚ ਨਾਂ ਆ। ਸੋ ਮਹਿੰਦਰ ਗਾਇਕਵਾੜ ਅਤੇ ਗੌਰਵ ਮਾਛੀਵਾੜਾ ਚਾਰੇ ਪਹਿਲਵਾਨ ਐਂਟਰ ਕਰ ਜਾਓ ਮੇਰੇ ਪੁੱਤ। ਬਹੁਤ ਸਾਡੇ ਦਰਮਿਆਨ ਜਿਹੜਾ ਮੱਲ ਵਿਸ਼ਾਲ ਪੁੱਜ ਗਿਆ, ਰੋਹਤਕ ਵਾਲਾ ਅਖਾੜਾ ਅਖਾੜਾ ਕਰਮਾ ਬੇਰੜ ਵਾਲ ਤੇ ਦੂਸਰੇ ਪਾਸੇ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਸਾਬੂ ਭਾਜੀ ਕਰਿਓ ਕਿਰਪਾ, ਬਹੁਤ ਵੱਡਾ ਧੰਨਵਾਦ ਹੈ। ਔਰ ਬਾਬਾ ਦੀਪਾ ਜੀ ਫਲਾਈ ਵਾਲਿਆਂ ਦਾ ਬਹੁਤ ਵੱਡਾ ਨਾਮਣਾ, ਬਹੁਤ ਵੱਡੀ ਚਰਚਾ, ਬਹੁਤ ਸੋਹਣਾ ਅਖਾੜਾ ਚਲਾਉਂਦੇ ਹੈ, ਉਹਨਾਂ ਦੇ ਅਖਾੜੇ ਦਾ ਮੱਲ ਇੱਧਰਲੇ ਪਾਸੇ ਪੁਆਇੰਟ ਦੇ ਆਧਾਰ ਤੇ ਜਿਹੜੀਆਂ ਕੁਸ਼ਤੀਆਂ ਚੱਲ ਰਹੀਆਂ ਨੇ, ਦੇਖਾਂਗੇ ਕੌਣ ਜਿੱਦਦਾ ਕੌਣ ਹਰਦਾ, ਗੱਲਾਂ ਸਮਝਦੀਆਂ। ਆ ਜਾਓ ਮੱਲਾਂ ਨੂੰ ਭੇਜਦੀ ਹੈ ਵੀ ਭੱਜ ਕੇ ਵਿੱਚ ਕਿ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ, ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ, ਪਿੰਡੋਂ ਦੂਰ ਹੋਵੇ ਤਾਂ ਸ਼ਹਿਰ ਮਾਰਦਾ, ਅੱਧ ਵਿਚਕਾਰੇ ਫੜ ਜਾਏ ਤਾਂ ਟਾਇਰ ਮਾਰਦਾ, ਅੱਜ ਕੱਲ੍ਹ ਜਵਾਨੀ ਨੂੰ ਨਸ਼ੇ ਦਾ ਜਿਆਦਾ। ਹੈਲੋ, ਵਿਸ਼ਾਲ ਪਹੁੰਚ ਗਿਆ ਸਾਡੇ ਕੋਲ, ਆ ਜਾ ਪੁੱਤਰੇ, ਆ ਜਾ ਟਲ, ਆ ਜਾ ਪੁੱਤਰੀ ਓਏ। ਵੈਸੇ ਕੁਸ਼ਤੀ ਸਾਡੀ ਮੈਂ ਤੁਹਾਨੂੰ ਸਹੀ ਦੱਸ ਦਵਾਂ, ਜਿਹੜੀ ਟਲ ਵਾਲੀ ਰਾਜੂ ਰਈਏਵਾਲ ਨਾਲ ਸੀ ਸਾਡੀ, ਸਾਨੂੰ ਪਹਿਲਵਾਨ ਕੋਈ ਨਾ ਕੋਈ ਹਰ ਸਾਲ ਖਰਾਬ ਕਰ ਦਿੰਦਾ ਆ, ਅਸੀਂ ਜਾ ਕੇ ਦੱਸ ਕੇ ਕਹਿ ਕੇ ਆਈਦਾ ਗੱਡੀ ਦੇ 10-20 ਹਜ਼ਾਰ ਰੁਪਈਆ ਖਰਚੀ ਦਾ, ਫਿਰ ਸਾਨੂੰ ਅੱਜ ਦੱਸ ਦਿਓ ਫਿਰ ਨਾ ਖਰਾਬ ਕਰਿਓ, ਲੇਕਿਨ ਸਾਡਾ ਅਸੂਲ ਆ ਫਿਰ ਅਸੀਂ ਕੱਲ੍ਹ ਨੂੰ ਜਦੋਂ ਬੈਠਣਾ ਨਾ ਅਸੀਂ ਇਹਨਾਂ ਅਖਾੜਿਆਂ ਨੂੰ ਕੈਂਸਲ ਕਰ ਦੇਣਾ, ਮੁੜ ਕੇ ਫਿਰ ਸੱਦੀ ਦੇ ਵੀ ਹੈ ਨਹੀਂ, ਫਿਰ ਇਸ ਕਰਕੇ ਸਾਡੀ ਬੇਨਤੀ ਆ ਜੋ ਕਰਨਾ ਹੁੰਦਾ ਉਸ ਵੇਲੇ ਸਾਨੂੰ ਦੱਸ ਦਿਆ ਕਰੋ, ਇੱਥੇ ਆ ਕੇ ਨਾ ਸਾਨੂੰ ਖਰਾਬ ਕਰਿਆ ਕਰੋ। ਹੁਣ ਤਲਬ ਦੇ ਨਾਲ ਕੁਸ਼ਤੀ ਅਸੀਂ ਹੁਣ ਕਰਾਉਣ ਲੱਗੇ ਵਿਸ਼ਾਲ ਦੀ, ਇਹ ਇੱਦਾਂ ਨਾ ਕਿਹੋ ਜੀ ਇਹ ਛੋਟਾ ਆਇਆ ਜਾਂ ਥੋੜ੍ਹਾ ਆਇਆ ਜਾਂ ਲਾਵਾਂ, ਮੁੰਡਾ ਇਹ ਵੀ ਬਹੁਤ ਵਧੀਆ ਹੈ, ਲੇਕਿਨ ਕੁਸ਼ਤੀ ਸਾਡੀ ਰਾਜੂ ਰਈਏਵਾਲ ਨਾਲ ਬੰਨੀ, ਅਸੀਂ ਉਹਦੀ ਮੌਕੇ 'ਤੇ ਆ ਕੇ ਜਵਾਬ ਦਿੱਤਾ, ਅਸੀਂ ਉਹਨੂੰ ਦੱਸਾਂ ਕਰਾਂਗੇ ਉਹਦੇ ਨਾਲ ਇਸ ਗੱਲ ਦਾ ਫੈਸਲਾ ਜਦੋਂ ਵੀ ਹੋਊਗਾ। ਮੈਂ ਤਲ ਪਹਿਲਵਾਨ ਜੀ ਬਾਬਾ ਫਲਾਈ ਵਾਲਾ ਪੁੱਜ ਗਿਆ, ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ, ਕਹੋ ਜੀ ਕੁਸ਼ਤੀ ਇੱਕ ਮਿੰਟ ਤਲ ਕਰਾ ਦਿਓ, ਜਿਹੜੀ ਰਹਿੰਦੀ ਉਹਨਾਂ ਵਾਲੀ ਭਾਅ ਵਾਲੀ ਰਹਿੰਦੀ ਹੋਣੀ, ਭਾਅ ਜੀ ਤੁਹਾਡੇ ਵਾਲੀ ਰਹਿੰਦੀ ਆ, ਆ ਜਾਓ। ਆਹ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ, ਸਰਦਾਰ ਗੁਰਪਾਲ ਸਿੰਘ ਜੀ ਚੌਧਰੀ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ, ਲਾਡੀ ਬੈਂਸ ਜੱਸਾ ਬੈਂਸ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਸ਼ਤੀ ਹੈ, ਮੈਂ ਬੇਨਤੀ ਕਰਾਂ ਗੁਰਪਾਲ ਸਿੰਘ ਜੀ ਹੋਇਓ ਨਾਲ ਕਰਾਈਏ ਫੋਟੋ, ਆਪਾਂ ਧੰਨਵਾਦ ਕੀਤਾ ਜਾ ਰਿਹਾ ਸਾਰੀਆਂ ਸ਼ਖਸੀਅਤਾਂ ਦਾ ਜਿਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ। ਮੈਂ ਬੇਨਤੀ ਕਰਾਂ ਨੇਕਾ ਜੀ ਮੈਰੀਪੁਰ ਬਲਵਿੰਦਰ ਜੱਟਾ ਜੀ ਆਓ, ਸਾਰੇ ਵੀਰ ਨਾਲ, ਦੇਵ ਖੇੜਾ ਜੀ ਕਬੱਡੀ ਖਿਡਾਰੀ, ਰਣਧੀਰ ਸਿੰਘ ਜੀ ਧੀਰਾ ਕਬੱਡੀ ਖਿਡਾਰੀ, ਜਗਦੀਪ ਬੰਜ ਜੀ, ਬਲਵਿੰਦਰ ਜੱਟਾ ਜੀ ਜੂਕੇ,
ਔਰ ਸੁਰਜੀਤ ਸਰਪੰਚ ਕਬੱਡੀ ਖਿਡਾਰੀ, ਲੈਂਬਰ ਸਿੰਘ ਜੀ ਪਹਿਲਵਾਨ, ਕਮਲਜੀਤ ਜੇਤੂ ਕਲਵੰਤ ਸਿੰਘ ਜੀ ਵੇਟ ਲਿਫਟਰ, ਸਾਰੇ ਵੀ ਰਾਜਨ ਨਾਲ, ਤੇ ਸੋਨੂੰ ਭਾਜੀ ਹੋ ਜਾਓ ਨਾਲ ਤੁਸੀਂ ਵੀ। ਇਹ ਸਰਦਾਰ ਗੁਰਪਾਲ ਸਿੰਘ ਜੀ ਬੈਂਸ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ। ਸਾਰੇ ਪਰਿਵਾਰਾਂ ਦੇ ਨਾਲ ਵੱਡੀ ਫੋਟੋ ਹੋ ਰਹੀ ਹੈ, ਧੰਨਵਾਦ ਕੀਤਾ ਜਾ ਰਿਹਾ ਹੈ। ਵਿਸ਼ਾਲ ਨਾਲ ਤਲ ਬੁਲਾਈ ਜਿਹੜੀ ਕੁਸ਼ਤੀ ਹੋਣ ਜਾ ਰਹੀ ਆ, ਸਰਦਾਰ ਪਾਲ ਸਿੰਘ ਚੌਧਰੀ ਸਾਡੇ, ਜੱਸਾ ਸਿੰਘ ਤੇ ਲਾਡੀ ਭਾਜੀ ਉਹਨਾਂ ਦੇ ਵੱਲੋਂ ਇਹ ਕੁਸ਼ਤੀ ਕਰਾਈ ਜਾਣੀ ਆ। ਸੋ 1,20,000 ਰੁਪਇਆ ਸਰਦਾਰ ਪਾਲ ਸਿੰਘ ਦੇ ਵੱਡੇ ਭਾਜੀ ਤੇ ਲਾਡੀ ਜੱਸਾ ਇੰਗਲੈਂਡ ਤੋਂ ਬੈਠੇ ਅੱਜ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਹਰ ਪਿਛਲੇ ਸਾਲ ਵੀ ਕੁਸ਼ਤੀ ਇਹਨਾਂ ਨੇ ਕਰਾਈ ਸੀ, ਇਸ ਸਾਲ ਵੀ ਕਰਾਈ। ਸਾਡੇ ਬਾਹਰ ਤੁਹਾਨੂੰ ਮੈਂ ਦੱਸਦਾ, ਜਿੰਨੇ ਵੀ ਸਾਡੇ ਬਾਹਰ ਵਾਲੇ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ, ਕਿਉਂਕਿ ਇਹ ਮੇਲਾ ਜਿੰਨਾ ਸਾਰਾ ਉਹਨਾਂ ਦੇ ਸਿਰ 'ਤੇ ਹੀ ਆ। ਤਲ ਆ ਜਾ ਮੇਰਾ ਬੰਦਾ, ਇੱਥੇ ਇੱਥੇ ਕਿਨੂੰ ਆ ਜਾ ਮੇਰਾ, ਸੁਣ ਵਿਸ਼ਾਲ ਉਹ ਸਾਰੇ ਚਾਹੁੰਦੇ ਇੱਥੇ ਕਰਾਓ ਇੱਥੇ ਕਰਾਓ, ਚਲੋ ਪੰਚਾਇਤ ਦੇ ਲੱਗ ਗਈ ਆ, ਦੀਦਾ ਹੁਣ ਤਾਂ ਆ ਜਾ ਵਿਸ਼ਾਲ ਲੱਗ ਪੁੱਤ। ਕੋਈ ਨੀ ਕੋਈ ਨੀ ਵਿਸ਼ਾਲ ਤੇ ਤਾਲੋ, ਪਿਛਲੇ ਸਾਲ ਵੀ ਤਾਲੋ ਦੀ ਬਹੁਤ ਵੱਡਾ ਸਤਿਕਾਰ ਪੁਆਇੰਟ ਦੇ ਆਧਾਰ ਤੇ ਜਿਹੜੀ ਕਮਲਜੀਤ ਪਹਿਲਵਾਨ ਡੁਬਸ਼ੜੀ ਨੇ ਕੁਸ਼ਤੀ ਜਿਹੜੀ ਪੁਆਇੰਟ ਦੇ ਆਧਾਰ ਤੇ ਜਿੱਤੀ ਹੈ। ਪਿਛਲੇ ਸਾਲ ਰਾਜੂ ਰਈਏਵਾਲ ਦੇ ਨਾਲ ਕੁਸ਼ਤੀ ਤਲ ਬੁਲਾਈ ਦੀ ਬਹੁਤ ਵੱਡੀ ਕੁਸ਼ਤੀ ਹੋਈ ਸੀ ਪਿਛਲੇ ਸਾਲ ਵੀ, ਤੇ ਹੁਣ ਐਤਕੀ ਵੀ ਅਸੀਂ ਕੁਸ਼ਤੀ ਉਹਦੇ ਨਾਲ ਮੰਨੇ, ਉਹਨਾਂ ਨੂੰ ਸੱਚ ਦੱਸ ਦਿੰਦੇ ਹਾਂ। ਗੁਰੂ ਮਹਾਰਾਜ ਅਖਾੜੇ ਦੇ ਵਿੱਚ ਬੈਠੇ ਹਾਂ, ਉਹਨੇ ਮੌਕੇ 'ਤੇ ਆ ਕੇ ਸਾਨੂੰ ਜਵਾਬ ਦਿੱਤਾ ਆ, ਇਹਦਾ ਹੁਣ ਕੱਲ੍ਹ ਨੂੰ ਪੰਚਾਇਤ ਅਸੀਂ ਬੈਠਾਂਗੇ ਤਾਂ ਫੈਸਲਾ ਕਰਾਂਗੇ। ਚਾਚਾ ਜੀ ਇੱਕ ਮਿੰਟ ਦਿਓ, ਕੋਈ ਲੱਤ ਲੇਤਾ ਜਿੱਥੇ ਵੀ ਹੈਗਾ ਮਿਹਰਬਾਨੀ ਕਰਕੇ ਆ ਕੇ ਆਪਣੀ ਪਰਚੀ ਲੈ ਕੇ ਜਾਓ ਸਾਡੇ ਪ੍ਰਬੰਧਕਾਂ ਕੋਲ। ਇੱਕ ਵਾਰ ਮਹਿੰਦਰ ਪਹੁੰਚ ਗਿਆ ਸਾਡੇ ਕੋਲ, ਮਹਿੰਦਰ ਭਾਜੀ ਗੌਰਵ ਪਹਿਲਵਾਨ ਜੀ ਮਾਠੀ ਬੜਾ ਵਿੱਚ ਆ ਹੋਈ। ਆ ਜਾ ਬਈ ਮਾਠੀ ਬੜ ਗੌਰਵ, ਇਹ ਗੌਰਵ ਗੌਰਵ ਮਾਠੀ ਵਾਲਾ ਤੁਸੀਂ ਕਰਾਓ ਉੱਥੇ ਕਿ ਤੂੰ ਚੱਲ ਚਲੋ ਗੌਰਵ ਮਾਠੀ ਵਾਲਾ ਆ ਜਾ ਯਾਰ, ਬਾਕੀ ਫੋਟੋ ਨੂੰ ਖੜਿਆ ਕੀ ਕਰਦਾ, ਆ ਜਾ ਆ ਜਾ ਮੇਰਾ ਸੋਹਣਾ। ਬਸ ਟੌਪ ਦੀਆਂ ਕੁਸ਼ਤੀਆਂ ਇਧਰਲੇ ਪਾਸੇ, ਗੌਰਵ ਪਹਿਲਵਾਨ ਜੀ ਮਾਛੀਵਾੜਾ ਪੁੱਜ ਗਿਆ, ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ, ਵੱਡਾ ਮਾਲਾ ਹੈ। ਇੱਧਰ ਤਲ ਪਹਿਲਵਾਨ ਜੀ ਬਾਬਾ ਫਲਾਈ ਤੇ ਦੂਸਰੇ ਪਾਸੇ ਮਾਲ ਕਹਿੰਦੇ ਚੜ੍ਹਦੀ ਬਰੇਸਦਾ ਹੈ। ਸਾਹਮਣੇ ਦੇਖਾਂਗੇ ਵਿਸ਼ਾਲ ਪਹਿਲਵਾਨ ਜੀ ਜਿਨ੍ਹਾਂ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ, ਔਰ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ, ਗੱਲਾਂ ਸਮੇਂ ਦੀ ਅੱਜ ਦੇ ਵੱਡੇ ਮਹਾਰਥੀ ਸਮੁੱਚੇ ਨਗਰ ਦੇ ਵਿੱਚ ਪੁੱਜ ਗਏ ਆ। ਸਤਿਕਾਰ ਕੀਤਾ, ਬੋਲਦਾ ਕਿ ਪਿੰਜਰਾ ਲੱਖ ਹੋਵੇ ਭਾਵੇਂ ਸੋਨੇ ਦਾ, ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ, ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ, ਤਾਰੂ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ ਬਿਨਾਂ ਮਲਾਹ ਦੇ ਨਹੀਂ ਪਾਰ ਜਾ ਸਕਦਾ, ਪਿਆਰਾ ਸਿੰਘ ਸ਼ੇਰ ਮਰ ਜਾਓ ਭੁੱਖ ਦੁੱਖੋਂ ਪਰ ਮਰਦਾ ਮਰਦਾ ਕਦੇ ਘਾਹ ਨਹੀਂ ਖਾ ਸਕਦਾ। ਸਾਡੇ ਦਰਮਿਆਨ ਐਨ ਵੱਡੀਆਂ ਕੁਸ਼ਤੀਆਂ ਦੀ ਜਿਹੜੀ ਸ਼ੁਰੂਆਤ ਹੋਈ ਹੈ, ਇੱਧਰਲੇ ਪਾਸੇ ਤਲ ਪਹਿਲਵਾਨ ਜੀ ਬਾਬਾ ਫਲਾਈ ਨਾਲ ਵਿਸ਼ਾਲ ਪਹਿਲਵਾਨ ਜੀ ਰੋਹਤਕ ਅਖਾੜਾ ਬਿਰੜਵਾਲ ਦੇ ਦਰਮਿਆਨ ਕੁਸ਼ਤੀ ਬੜੇ ਟੌਪ ਦੀ ਚੱਲ ਰਹੀ ਹੈ। ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ, ਗੱਲਾਂ ਸਮੇਂ ਦੀਆਂ, ਮਾਰੋ ਦਾਪ ਵਿੱਚ ਮੱਲੋ ਸ਼ਾਬਾਸ਼, ਐਨ ਚੋਟੀ ਦਾ ਦੰਗਲ ਚੱਲ ਰਿਹਾ। ਫੋਟੋ ਕਰਾ ਕੀ ਕਰਦਾ, ਆ ਜਾਓ ਆ ਜਾਓ ਅੱਜ ਇਹਨਾਂ ਦੀ ਕੁਸ਼ਤੀ ਕਰਕੇ ਜੀ, ਮੱਖਣ ਕਰਾਓ ਤੂੰ ਮੀਕਾ ਸਾਰੇ ਆ ਜਾਓ ਯਾਰ, ਕੀ ਕਰਦੇ ਆ ਜਾਓ।
ਅਮਰੀਕ ਸਿੰਘ ਮੀਕਾ ਜੀ, ਸਰਦਾਰ ਮੱਖਣ ਸਿੰਘ ਜੀ ਜੂਕੇ ਆ ਜਾਣਾ, ਇੱਥੇ ਆ ਜਾਓ ਗੁਰਬ, ਆ ਜਾਓ ਇੱਧਰਲੇ ਪਾਸੇ। ਉਹ ਯਾਰ ਤੁਸੀਂ ਸਾਰੇ ਇਕੱਠੇ ਕਰਾ ਲਓ, ਕੀ ਕਰਦੇ ਆ ਮੀਕੇ? ਬਹੁਤ ਵਧੀਆ ਕੁਸ਼ਤੀ ਇੱਧਰਲੇ ਪਾਸੇ ਚੱਲ ਰਹੀ, ਇੱਕ ਪਾਸੇ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਤੇ ਦੂਸਰੇ ਪਾਸੇ ਵਿਸ਼ਾਲ ਰੋਹਤਕ ਅਖਾੜਾ ਬਿਰੜਵਾਲ ਕਰਮੇ ਪਹਿਲਵਾਨ ਜੀ ਦਾ ਅਖਾੜਾ ਤੇ ਦੂਸਰੇ ਪਾਸੇ ਬਾਬਾ ਦੀਪਾ ਜੀ ਫਲਾਈ ਵਾਲੇ ਦਾ ਅਖਾੜਾ ਹੈ। ਲਓ ਗੁੱਜਰ ਬਰਾਦਰੀ ਨੂੰ ਬਿਲੋਂਗ ਕਰਦਾ ਬੱਚਾ, ਅੱਜ ਦੇ ਟਾਈਮ 'ਚ ਸਿਰੇ ਸਿਰੇ ਦੇ ਮੱਲਾਂ ਦੇ ਨਾਲ ਦੋ ਤੋਂ ਚਾਰ ਹੱਥ ਕਰਦਾ ਹੈ ਸਿਰੇ ਦੀ ਕੁਸ਼ਤੀ ਜਿਹੜੀ ਲੜ ਰਿਹਾ। ਸਾਹਮਣੇ ਦੇਖਾਂਗੇ ਕੌਣ ਜਿੱਦਾਂ ਕੌਣ ਹੜਦਾ, ਗੱਲਾਂ ਸਮੇਂ ਦੀਆਂ ਔਰ ਦੁਨੀਆਂ ਦੇ ਵੱਡੇ ਰੁਸਤਮਾਂ ਦੇ ਦਰਸ਼ਨ ਸਮੁੱਚੇ ਨਗਰ ਬੈਂਸਾਂ ਦੀ ਧਰਤੀ ਦੇ ਵਿੱਚ ਹੋਏ ਹੈ। ਸਟੇਜ ਤੇ ਬੈਠੀ ਹੋਈ ਇਕੱਲੀ ਇਕੱਲੀ ਸ਼ਖਸੀਅਤ ਦਾ ਦਿਲੋਂ ਧੰਨਵਾਦ ਹੈ, ਵੱਡੇ ਸਤਿਕਾਰ ਹੈ। ਆਓ ਸਾਹਮਣੇ ਦੇਖਾਂਗੇ ਕਿ ਯਾਦਗਰੀਆਂ ਤਸਵੀਰਾਂ ਜਿਹੜੀਆਂ ਹੋ ਰਹੀਆਂ ਨੇ। ਇੱਧਰ ਸਰਦਾਮ ਹੈ, ਨਾਲ ਦੂਸਰੇ ਪਾਸੇ ਮੱਲ ਦੇਖਾਂਗੇ ਇਸ ਵੇਲੇ ਆਸ਼ੀਸ਼ ਝੱਜਰ ਅਖਾੜਾ ਮਾਮੂਪੁਰ ਦੇ ਦਰਮਿਆਨ ਬੜੇ ਟੌਪ ਦੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ। ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ, ਦੋ ਕੁਸ਼ਤੀਆਂ ਕੱਟ ਦੇ ਵਿੱਚ ਚੱਲ ਰਹੀਆਂ ਨੇ। ਪਰਿਧਰਲੇ ਪਾਸੇ ਵੱਡੀਆਂ ਕੁਸ਼ਤੀਆਂ ਦੇ ਨਾਲ ਸਾਂਝੀਆਂ ਤਸਵੀਰਾਂ ਹੋ ਰਹੀਆਂ ਨੇ ਸਾਡੇ ਨਗਰ ਦੀਆਂ ਸ਼ਖਸੀਅਤਾਂ ਦੇ ਨਾਲ ਕਿ ਉਹ ਘਰ ਅਗਾਂ ਨਾ ਵਧੇ ਸੰਧੂਆ, ਜਿੱਥੇ ਨਿੱਕੇ ਨਿਆਣਿਆਂ ਦੀ ਚੱਲੇ ਮਰਜ਼ੀ, ਖੇਤੀ ਵਾਲੇ ਕੰਮ ਚ ਅੱਗੇ ਤਰੱਕੀ ਕਰੂ, ਜਿਹੜਾ ਜੱਟ ਧੁੱਪ ਤੋਂ ਮੰਨੇ ਐਲਰਜੀ, ਦੇਖਿਓ ਇੱਕ ਦਿਨ ਪੀ ਕੇ ਹੀ ਮਰੂਗਾ ਭੱਠੀ ਲੱਗ, ਜਿਹੜਾ ਘਰੇ ਨਿੱਤ ਕੱਢਦਾ ਕਾਮਯਾਬ ਹੁੰਦਾ ਨੀ ਦੁਕਾਨਦਾਰੀ ਚ, ਸੂਰਜ ਚੜੇ ਤੋਂ ਜਿਹੜਾ ਜੇਲੀ ਛੱਡਦਾ। ਬਹੁਤ ਬਹੁਤ ਸਤਿਕਾਰ, ਕੁਸ਼ਤੀਆਂ ਸਿਰੇ ਦੀਆਂ ਦੋ ਕੁਸ਼ਤੀਆਂ ਨੇ ਜੀ। ਮੁਬਾਰਕ ਬਰਾਰੇ ਭਾਜੀ ਨੂੰ ਭੇਜਿਓ ਯਾਰ, ਮੁਬਾਰਕ ਬਰਾਰੇ ਭਾਜੀ ਆ ਜਾਓ ਯਾਰ। ਨਿੱਕੇ ਬਾਜੀ ਸੰਜੇ ਵਾਲੀ ਪਰਚੀ ਤੁਹਾਡੇ ਕੋਲ ਹੈ? ਸੰਜੇ ਵਾਲੀ ਪਹਿਲੀ ਪਰਚੀ ਜਿਹੜੀ ਹੈਗੀ ਹੈ, ਕੋਈ ਨਹੀਂ ਦੋ ਲੈ ਕੇ ਆਈ ਭੱਲੇ ਭੱਲੇ, ਦੋ ਲੈ ਕੇ ਆ, ਭੱਜ ਕੇ ਦੂਜਾ ਵੀ ਲਿਆ, ਆਪਣਾ ਆ ਜਾ ਮੇਰੇ ਕੋਲ, ਇੱਕ ਹੋਰ ਲਿਆ, ਹੈਂ ਦੋ ਲਿਆ, ਆ ਜਾ ਆ ਜਾ ਮੇਰਾ ਪੁੱਤ, ਉਹ ਭਾਅ ਜੀ ਆ ਜਾ, ਮੁਬਾਰਕ ਬਣਾ ਦੇ ਭਾਅ ਜੀ, ਆ ਜਾਓ ਆ ਲਵੜ ਮੱਖਣ ਮੇਜਰ ਆ ਰਹੇ, ਮੇਜਰ ਆ ਜਾ ਰਹੇ। ਇਹ ਕੁਸ਼ਤੀ ਸਾਡੇ ਗੁਰਵਿੰਦਰ ਸਿੰਘ ਲੰਬਰਦਾਰ ਹੋਣਾ ਵੱਲੋਂ ਸੀ, ਸੋਰੀ ਅਸੀਂ ਪਹਿਲਾਂ ਯਾਰ ਦੋ ਕੁਸ਼ਤੀਆਂ ਉੱਦਾਂ ਕਰਾਤੀਆਂ, ਉਦੋਂ ਕਹਿੰਦੇ ਅਸੀਂ ਆਉਣਾ ਨਹੀਂ ਕਿਸੇ ਨੇ, ਵੀ ਜ਼ੋਰ ਲਾ ਰਹੇ ਉਸ ਵੇਲੇ ਸਾਰਿਆਂ ਨੂੰ ਆਕਾ ਮਾਰ ਲੈਣ ਯਾਰ। ਆ ਜਾਓ ਭਾਅ ਜੀ, ਆ ਵੀ ਤੇ ਹਰਪਿੰਦਰ ਆ ਵੀ ਫੜਾ, ਸਾਨੂੰ ਤੁਸੀਂ ਇੰਨੀ ਮਾਇਆ ਦਿੱਤੀ ਆ, ਇਹ ਨਹੀਂ ਗੱਲ ਹੈ, ਚਲੋ ਚਲੋ ਫੋਟੋ ਭਾਅ ਜੀ, ਇਹ ਦੋਏ ਦੋ ਕੁਸ਼ਤੀਆਂ ਮੈਂ ਸਾਡੇ ਦੋ ਕੁਸ਼ਤੀਆਂ ਦੇ ਪੈਸੇ ਸੀ ਸਾਡੇ ਕੋਲ, ਹੁਣ ਕੁਸ਼ਤੀਆਂ ਸਾਡੇ ਕੋਲ ਇਹ ਦੋ ਘੱਟ ਗਈਆਂ, ਨਹੀਂ ਤਾਂ ਸੱਤ ਕੁਸ਼ਤੀਆਂ ਸੀ ਸਾਡੇ ਕੋਲ, ਸੋ ਇਸ ਕਰਕੇ ਸਾਰਿਆਂ ਦੀ ਮਾਫੀ ਚਾਹੁੰਦੇ ਹਾਂ ਅਸੀਂ। ਚਲੋ ਪਹਿਲਾਂ ਦੋ ਕੁਸ਼ਤੀਆਂ ਜਦੋਂ ਕਰਾਈਆਂ ਮਾਈ ਬਾਜਾ ਮਾਰਨ, ਕਹਿੰਦੇ ਬਿਨਾ ਫੋਟੋ ਤੋਂ ਕਰਾ ਦਿਓ, ਇੱਥੇ ਚਲਾ ਦਿਓ, ਚਲੋ ਬਈ ਪੁੱਤਰਾ ਕੋਈ ਗੱਲ ਨਹੀਂ, ਉਹ ਨਾ ਨਾ ਕੋਈ ਨਹੀਂ, ਚਲੋ ਨਵੇਂ ਆ ਜਾ ਪੁੱਤ, ਇੱਥੇ ਆ ਜਾਓ ਮਿੰਦਰ, ਖੋਲ ਲਾ ਆਪਣਾ, ਖੋਲੋ ਖੋਲੋ, ਲੱਗੋ ਰੈਫਰੀ ਲਾ ਕੇ, ਦੋਏ ਕਰਾ ਦਿਓ ਤੁਸੀਂ, ਹੈਗਾ ਬੰਦਾ ਮੈਂ ਫੜਾਇਆ, ਪਿੰਡ ਤੁਹਾਡਾ ਕਿਹੜਾ, ਗਾਇਕਵਾੜ ਪਿੰਡ ਆ ਸੀ ਹਾਂ, ਕਿਹੜੇ ਜ਼ਿਲ੍ਹੇ 'ਚ?
ਨਾ ਵੱਡੀਆਂ ਕੁਸ਼ਤੀਆਂ ਦੀ ਸ਼ੁਰੂਆਤ ਜਿਹੜੀ ਹੋਈ ਹੈ ਇਸ ਵੇਲੇ ਝੰਡੀ ਦੇ ਵੱਡੇ ਮੱਲ ਪੁੱਜੇ ਇਧਰਲੇ ਪਾਸੇ ਤਾਲਬ ਉੱਪਰਲੇ ਪਾਸੇ ਆ ਇਧਰਲੇ ਪਾਸੇ ਕਹਿੰਦੇ ਛੋਟਾ ਸਿੱਧਾ ਹੁਸ਼ਿਆਰਪੁਰ ਗੌਰ ਵਾਜਾ ਬਤਾ ਜਾਵੇ ਚਲੋ ਇੱਥੇ ਆ ਜਾਓ ਰੈਫਰੀ ਸਾਡੇ ਆਚਾ ਜੀ ਸਰਦਾਰ ਸੁਰਿੰਦਰ ਸਿੰਘ ਢਿੱਲੋਂ ਕਰਨਗੇ ਆਪਣੇ ਸਮੇਂ ਦੇ ਵੱਡੇ ਪਲੇਅਰਾਂ ਦੇ ਵਿੱਚ ਨੌਰ ਇੰਗਲੈਂਡ ਦੀ ਧਰਤੀ ਤੇ ਕਬੱਡੀ ਖੇਡੀ ਆ ਸਾਰੀ ਸੂਝ ਖੱਲਿਆ ਵੈ ਸੋ ਮੈਂ ਗੁਰਪਾਲ ਸਿੰਘ ਬਾਜੀ ਤੇ ਮੀਕੇ ਇਹਨਾਂ ਦਾ ਕਿੰਨਾ ਟਾਈਮ ਰਹਿੰਦਾ ਬਈ ਅੱਛਾ ਅੱਜ ਪਿਛਲੇ ਸਾਲ ਸਾਡੀ ਇੱਕੋ ਹੀ ਕੁਸ਼ਤੀ ਨੇ ਸਿੰਝ ਬਣਾ ਦਿੱਤੀ ਸੀ ਉਮੇਸ਼ ਮਥੁਰਾ ਤੇ ਜੱਸਾ ਪੱਟੀ ਆ ਸਾਡੀ ਸੰਜੂ ਵਾਲੀ ਕੁਸ਼ਤੀ ਵਧੀਆ ਵੈਸੇ ਹੋ ਗਈ ਯਾਰ ਪਰ ਅਮਲਜੀਤ ਵੀ ਜੇਤੂ ਰਿਹਾ ਨਾ ਇਧਰਲੇ ਪਾਸੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਉੱਪਰਲੇ ਪਾਸੇ ਹੈ ਨਾਲ ਵਿਸ਼ਾਲ ਪਹਿਲਵਾਨ ਜੀ ਰੋਹਤਕ ਅਖਾੜਾ ਬਿਰੜਵਾਲ ਦੇ ਦਰਮਿਆਨ ਕੁਸ਼ਤੀ ਹੈ ਉੱਧਰ ਛੋਟਾ ਸਿੱਧਾ ਹੁਸ਼ਿਆਰਪੁਰ ਤੇ ਨਾਲ ਅਸ਼ੀਸ਼ ਝੱਜਰ ਅਖਾੜਾ ਮਾਮੂਪੁਰ ਦੇ ਦਰਮਿਆਨ ਕੁਸ਼ਤੀ ਕੁਝ ਕੁ ਪਲ ਬਾਕੀ ਰਹਿ ਗਏ ਹੈ ਬਾਕੀ ਬੰਦੇ ਵਿਹਲੇ ਸਾਰੇ ਬੈਠ ਜਾਓ ਜਿਹੜੇ ਬੰਦੇ ਕੁਸ਼ਤੀ ਨਹੀਂ ਦੇਖਦੇ ਨਾ ਉਹ ਸਾਰੇ ਤਾੜੀ ਮਾਰਦੇ ਜ਼ੋਰਦਾਰ ਚੱਲਦੀ ਕੁਸ਼ਤੀ ਦੇ ਵਿੱਚ ਤਾਲ ਪਹਿਲਵਾਨ ਜੀ ਬਾਬਾ ਫਲਾਈ ਤਾੜੀ ਮਾਰਦੇ ਜ਼ੋਰਦਾਰ ਪਤਾ ਜੀ ਸਾਨੂੰ ਆਸ਼ਾ ਬਹੁਤ ਮੇਲ ਹੈ ਅਸੀਂ ਕਹਿ ਦਿਓ ਜੋ ਮਰਜ਼ੀ ਦੂਸਰੇ ਪਾਸੇ ਗੌਰਵ ਪਹਿਲਵਾਨ ਜੀ ਮਾਛੀ ਵਾਲਾ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਦੋ ਜ਼ੋਰਦਾਰ ਘੁੰਮ ਫਿਰ ਕੇ ਆਨੰਦ ਮਾਣੀਏ ਆਹ ਵੱਡੀ ਕੁਸ਼ਤੀ ਇਧਰਲੇ ਪਾਸੇ ਜੁੱਧ ਚੱਲਦਾ ਉਧਰ ਸਰਦਾਰ ਅਵਤਾਰ ਸਿੰਘ ਜੀ ਕੋਹਲਾ ਖਹਿਰਾ ਵੱਡੀਆਂ ਫਲੌਰ ਵਾਲੇ ਅੱਜ ਜਸ਼ਨ ਮੇਲੋ ਲਾਈਵ ਦੇਖ ਰਿਹਾ ਬੈਸਾਂ ਦੀ ਧਰਤੀ ਦੁਨੀਆਂ ਦੇ ਵੱਡੇ ਮੱਲ ਲਾ ਇੱਕ ਪਾਸੇ ਗੌਰਵ ਤੇ ਦੂਸਰੇ ਪਾਸੇ ਮਹਿੰਦਰ ਗੰਗਵਾਰ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਆਉਂਦਾ ਸਵਾਦ ਤਾੜੀ ਮਾਰਦੇ ਜ਼ੋਰਦਾਰ ਆਹ ਵੱਡੀ ਕੁਸ਼ਤੀ ਚੱਲ ਰਹੀ ਹੈ ਸਾਰਾ ਮੇਲਾ ਤੂੰ ਲੁੱਟਿਆ ਆਹ ਤੈਨੂੰ ਵੀ ਕਿਸੇ ਨੇ ਲੁੱਟ ਲੈਣਾ ਹੈ ਸਹੀ ਗੱਲ ਆ ਬਈ ਮਹਾਰਾਸ਼ਟਰ ਦੀ ਧਰਤੀ ਜੋੜੇ ਪੈਦਾ ਕੀਤੇ ਆ ਅੱਜ ਸਦਕੇ ਵੱਡਾ ਮਾਰੀ ਦੁਨੀਆ ਮੰਨਦੀ ਜੋੜਾਂ ਨੂੰ ਲਾਰ ਤੈ ਕਮਜ਼ੋਰਾਂ ਨੂੰ ਤਾੜੀਆਂ ਮਾਰਦੇ ਜ਼ੋਰਦਾਰ ਮੱਲਾਂ ਦੇ ਲਈ ਅੰਦਰ ਗਾਇਕ ਵੜ ਗਿਆ ਆ ਸਿਰਾ ਕਰਵਾ ਦਿੱਤਾ ਮੱਲਾਂ ਵੱਡਾ ਜੋਧਾ ਇਹ ਇਸ ਵੇਲੇ ਮੇਲ ਨਹੀਂ ਆ ਸੱਜਣੋ ਇਹ ਮੈਨੂੰ ਲੱਗਦਾ ਇਹ ਤੁਹਾਨੂੰ ਖੁੱਡੇ ਲੈਣ ਲਾਊਗਾ ਜੇ ਕੁਸ਼ਤੀਆਂ ਦਾ ਸਵਾਦ ਹੈ ਇੱਕ ਵਾਰ ਪੈਸਾ ਵਾਲੇ ਭਰਾਵਾਂ ਲਈ ਤਾੜੀਆਂ ਮਾਰਦੇ ਜ਼ੋਰਦਾਰ ਸਵਾਦ ਬੰਦ ਤਾਂ ਸਾਰੇ ਭਰਾਵਾਂ ਨੇ ਦੁਨੀਆਂ ਦੇ ਮੱਖਣ ਸਿੰਘ ਜੂਕੇ ਸਾਰਾ ਮੇਲਾ ਤੁਸੀਂ ਹਿਲਾ ਕੇ ਰੱਖ ਦਿੱਤਾ ਸਿਰਾ ਕਰਵਾ ਦਿੱਤਾ ਸਾਰੇ ਪ੍ਰਬੰਧਕਾਂ ਦਾ ਇਹਨਾਂ ਰਹੀ ਭਰਾਵਾਂ ਦਾ ਦਿਲੋਂ ਧੰਨਵਾਦ ਰਜਣਾ ਵੱਲੋਂ ਬਹੁਤ ਵੱਡੇ ਉਪਰਾਲੇ ਹੈ ਅੱਜ ਸਾਰੀ ਸੰਗਤ ਦਾ ਜਿੰਨੇ ਵੀ ਇੰਗਲੈਂਡ ਕਬੱਡੀ ਦੀਆਂ ਸ਼ਖਸੀਅਤਾਂ ਜਿਹੜੀਆਂ ਜੁੜੀਆਂ ਨੇ ਸਾਡਾ ਅੱਜ ਦੇ ਛਿੰਝ ਮੇਲੇ 'ਚ ਪੁੱਜੇ ਹੋਏ ਪਰਿਵਾਰਾਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ